ਅੱਜ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਅਕਾਲ ਮੋਰਨਿੰਗ ਸ਼ੋਅ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਪਹੁੰਚੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਏਗੀ। ਕਿਉਂਕਿ ਅੱਜ ਜੇ ਗਾਇਕੀ ਦੀ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਉਹ ਗਾਇਕੀ ਹੈ ਜਿਹੜੀ ਨੌਜਵਾਨਾਂ ਨੂੰ ਅਸ਼ਲੀਲਤਾ, ਲੱਚਰ ਅਤੇ ਉਸ ਤੋਂ ਬਾਅਦ ਹਥਿਆਰੀ ਗਾਣੇ ਜਾਂ ਆਪਾਂ ਕਹਿ ਲਈਏ ਗੈਂਗਸਟਰ ਪੁਣੇ ਦੇ ਵਿੱਚ ਪ੍ਰਮੋਟ ਕਰ ਰਹੀ ਹੈ। ਅਤੇ ਜੋ ਅੱਜ ਸਾਡੇ ਕੋਲ ਇੱਥੇ ਸ਼ਖਸੀਅਤ ਪਹੁੰਚੀ ਹੋਈ ਹੈ, ਉਹਨਾਂ ਦਾ ਸਟਾਈਲ, ਗਾਉਣ ਦਾ ਸਟਾਈਲ ਅਤੇ ਜੋ ਉਹ ਬੋਲਦੇ ਨੇ ਅਤੇ ਉਹਨਾਂ ਦਾ ਪਹਿਨਣ ਦਾ ਸਟਾਈਲ, ਉਹ ਹਰ ਇੱਕ ਚੀਜ਼ ਹੀ ਅਲੱਗ ਹੈ। ਸੋ ਮਿਲਾਉਂਦੇ ਹਾਂ, ਜ਼ਿਆਦਾ ਜਿਹੜੀ ਦੇਰ ਵੈਸੇ ਕਰਨੀ ਨਹੀਂ ਚਾਹੀਦੀ। ਅਤੇ ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਹਾਂ। ਸਾਡੇ ਕੋਲ ਇੱਥੇ ਹਾਜ਼ਰ ਨੇ ਕਨਵਰ ਗਰੇਵਾਲ ਭਾਅ ਜੀ ਅਤੇ ਉਹਨਾਂ ਦੇ ਨਾਲ ਨੇ ਬੌਬੀ ਸਿੰਘ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ। ਭਾਅ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਕਨਵਰ ਭਾਅ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ UK ਦੀ ਧਰਤੀ ਦੇ ਉੱਤੇ। ਜੀ ਮੇਰੇ ਵੀਰ, ਸਾਡੇ ਵੱਲੋਂ ਵੀ ਜੀ, ਦੋਵੇਂ ਭਰਾਵਾਂ ਵੱਲੋਂ ਤੁਹਾਡਾ ਬਹੁਤ ਸਤਿਕਾਰ, ਅਕਾਲ TV ਦਾ ਬਹੁਤ ਸਤਿਕਾਰ, ਔਰ ਇਸ ਚੈਨਲ ਦੇ ਥਰੂ ਜਿੰਨੇ ਵੀ ਸਾਡੇ ਪਿਓ ਦਾਦੇ, ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਵੀਰ, ਸਾਡੇ ਛੋਟੇ ਬੱਚੇ ਜੀ, ਸਾਰਿਆਂ ਲਈ ਬਹੁਤ ਬਹੁਤ ਆਦਰ ਸਤਿਕਾਰ, ਬਹੁਤ ਧੰਨਵਾਦ ਜੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕਨਵਰ ਗਰੇਵਾਲ ਭਾਅ ਜੀ ਇਸ ਵਾਰ UK ਆਏ ਹੋਏ ਨੇ, ਉਹਨਾਂ ਦੇ ਸ਼ੋਜ਼ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਅਤੇ ਤੁਸੀਂ ਉਹ ਰੱਜ ਕੇ ਜਿਹੜਾ ਜਾਣਾ ਹੈ ਉੱਥੇ ਦੇਖਣਾ ਆਪਣੇ ਫੈਮਲੀਆਂ ਸਮੇਤ। ਪਿਛਲੀ ਵਾਰ ਜਦੋਂ ਭਾਅ ਜੀ UK ਦੀ ਧਰਤੀ ਦੇ ਉੱਤੇ ਆਏ ਸੀ, ਹਾਊਸਫੁੱਲ ਜਿੱਦਾਂ ਆਪਾਂ ਕਹਿ ਸਕਦੇ ਹਾਂ, ਸਾਰਾ ਹਾਲ, ਜਿਹੜੇ ਫੈਮਲੀਆਂ ਉੱਥੇ ਆਈਆਂ ਹੋਈਆਂ ਸੀ, ਪਰਿਵਾਰ, ਉਹ ਬਹੁਤ ਖੁਸ਼ ਸੀਗੇ ਉਸ ਵੇਲੇ ਜਦੋਂ ਇਹਨਾਂ ਦੇ ਸ਼ੋਜ਼ ਚੱਲਦੇ ਸੀ ਉੱਥੇ। ਮੈਂ ਖੁਦ ਹਾਜ਼ਰ ਰਹਿ ਕੇ ਉੱਥੇ 2 ਸ਼ੋਅ ਦੇਖੇ ਨੇ, ਬਹੁਤ ਜ਼ਿਆਦਾ ਪਿਆਰ ਮਿਲਿਆ ਕਨਵਰ ਗਰੇਵਾਲ ਭਾਅ ਜੀ ਨੂੰ। ਅਤੇ ਹੁਣ ਵੀ ਜੇ ਆਪਾਂ ਕਹੀਏ ਕਿ ਇਸੇ ਤਰ੍ਹਾਂ ਹੀ ਉਤਸ਼ਾਹ UK ਦੇ ਜਿਹੜੇ ਸਾਰੇ ਦਰਸ਼ਕਾਂ ਦੇ ਵਿੱਚ ਹੈਗਾ, ਸੋ ਵੱਧ ਚੜ੍ਹ ਕੇ ਤੁਸੀਂ ਉਹ ਸ਼ੋਜ਼ ਦੇ ਵਿੱਚ ਹਾਜ਼ਰੀ ਭਰਨੀ ਹੈ ਜੀ, ਟਿਕਟਾਂ ਤੁਸੀਂ ਹੁਣੇ ਲੈ ਲਈਆਂ। ਸੋ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹੀ ਪੁੱਛਣਾ ਚਾਹੂੰਗਾ ਕਿ ਗਾਇਕੀ ਦਾ ਜਿਹੜਾ ਤੁਹਾਡਾ ਅਲੱਗ ਹੀ ਇੱਕ ਤਰ੍ਹਾਂ ਦਾ ਸਟਾਈਲ ਹੈਗਾ, ਮੈਂ ਇਹ ਕਹਿ ਸਕਦਾ ਜੀ, ਕਿ ਇੱਕ ਪਾਸੇ ਉਹ ਗਾਇਕੀ ਹੈ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਅੱਜ ਜੋ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਹੁਣ ਕੈਨੇਡਾ ਦੇ ਵਿੱਚ ਵੀ ਉਹ ਸਾਰਾ ਕੁਝ ਚੱਲਣ ਲੱਗ ਪਿਆ, ਸੋ ਸਾਡੇ ਕੁਛ ਕੁ ਗਾਇਕਾਂ ਨੇ ਉਹਨੂੰ ਕਿਸ ਤਰ੍ਹਾਂ ਮੋੜਾ ਦੇ ਦਿੱਤਾ ਜਿਹੜੀ ਆਪਣੀ ਇੱਕ ਸਾਫ਼ ਸੁਥਰੀ ਗਾਇਕੀ ਸੀ। ਅਤੇ ਤੁਹਾਡੀ ਹਮੇਸ਼ਾ ਕੋਸ਼ਿਸ਼ ਜਿਹੜੀ ਰਹਿੰਦੀ ਹੈ ਕਿ ਉਹ ਗਾਇਕੀ ਜਿਹੜੀ ਅਸਲ ਦੇ ਵਿੱਚ ਗਾਇਕੀ ਸੀ ਉਹਨੂੰ ਦੁਬਾਰਾ ਲਿਆਂਦਾ ਜਾਵੇ, ਤੁਸੀਂ ਕਾਮਯਾਬ ਵੀ ਉਹਦੇ ਵਿੱਚ, ਕੀ ਕਹਿਣਾ ਚਾਹੋਗੇ? ਅਕਾਲ ਦੀ ਬਖਸ਼ਿਸ਼ ਹੈ, ਉਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਅੱਜ ਦੇ ਸਮੇਂ 'ਚ ਮੇਰੇ ਵਰਗੇ ਮਿਲੇ ਜੇ ਬੰਦੇ ਨੂੰ ਸਾਧੂ ਦੀ ਸੰਗਤ ਮਿਲ ਜੇ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਭਾਵੇਂ ਕਿਸੇ ਵੀ ਰੁਜ਼ਗਾਰ 'ਚੋਂ, ਕਿਸੇ ਵੀ ਫੀਲਡ 'ਚੋਂ ਜੀ, ਤਾਂ ਥੋੜ੍ਹੀ ਬਹੁਤੀ ਸਮਝ ਤੁਸੀਂ ਨਾਲ ਲੈ ਕੇ ਚੱਲਦੇ ਹੋ, ਕਿਉਂਕਿ ਸ਼ਬਦ ਅਸਰ ਜ਼ਰੂਰ ਕਰਦਾ ਹੈ ਜੀ। ਠੀਕ ਹੈ, ਉਹਨਾਂ ਨਹੀਂ ਮੇਰੇ ਵਰਗੇ ਤਾਂ ਕਰ ਰਿਹਾ ਜਿੰਨਾ ਕਰਨਾ ਚਾਹੀਦਾ, ਪਰ ਫਿਰ ਵੀ ਜਦੋਂ ਸਾਰਾ ਦਿਨ ਇੱਕ ਐਸੇ ਕਿਰਦਾਰ ਦੀਆਂ ਗੱਲਾਂ, ਪੋਜ਼ਿਟਿਵ ਗੱਲਾਂ ਤੁਹਾਡੇ ਆਸੇ ਪਾਸੇ ਰਹਿਣ ਕਿ ਪਰਮਾਤਮਾ ਇਹ ਕਹਿੰਦੇ ਹੈ, ਇੱਦਾਂ ਕਹਿੰਦੇ ਆ, ਇੱਦਾਂ ਕਹਿੰਦੇ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਤੁਸੀਂ ਅਪਲਾਈ ਕਰਦੇ ਹੋ। ਤਾਂ ਇਸ ਤਰ੍ਹਾਂ ਹੀ ਸਾਡੇ ਬੇਬੇ ਜੀ ਹੋਣੀ ਜੀ, ਸ਼ੁਕਰ ਵਾਹਿਗੁਰੂ ਦਾ ਕਿ ਉਹ ਸਾਨੂੰ ਹਰ ਵੇਲੇ ਕੁਛ ਚੰਗਾ ਸਿਖਾਉਂਦੇ ਰਹਿੰਦੇ ਆ, ਤਾਂ ਉਹਨਾਂ ਕਰਕੇ ਚੰਗੇ ਸ਼ਬਦ ਗਾਉਣ ਨੂੰ ਜੀ ਕਰਦਾ, ਚੰਗੇ ਗੀਤ, ਚੰਗਾ ਪਹਿਰਾਵਾ, ਚੰਗਾ ਖਾਣਾ ਜੀ, ਤੇ ਸਾਰੀਆਂ ਜ਼ਿੰਮੇਵਾਰੀਆਂ ਹੀ ਆ ਯਾਦ ਰਹਿੰਦੀਆਂ ਉਹਨਾਂ ਕਰਕੇ ਜੀ 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 ਜੀ। ਸੋ ਅਸਲ ਜਿਹੜਾ ਪੰਜਾਬ ਦਾ ਚਿਹਰਾ ਜਾਂ ਆਪਣੇ ਸੱਭਿਆਚਾਰ ਦਾ ਚਿਹਰਾ ਤੁਹਾਡੀ ਗਾਇਕੀ ਦੇ ਵਿੱਚ ਹੁੰਦਾ, ਅਤੇ ਤੁਸੀਂ ਜਿਹੜੇ ਗੀਤ ਗਾਉਂਦੇ ਹੋ ਤੁਹਾਡੇ ਆਪਣੇ ਲਿਖੇ ਹੁੰਦੇ ਆ ਜਾਂ ਤੁਹਾਡੇ ਵੱਖ ਵੱਖ ਲੇਖਕ ਰਾਈਟਰ ਉਹਨਾਂ ਨੂੰ ਲਿਖਦੇ ਨੇ? ਮੇਰੇ ਖਿਆਲ 'ਚ ਗੀਤ ਲੋਕ ਹੀ ਲਿਖਦੇ ਆ। ਅੱਛਾ ਜੀ, ਜਿਹੜਾ ਤੁਹਾਡਾ ਕਿਸੇ ਵੀ ਸਮਾਜ ਦੇ ਵਿੱਚ ਵਿਚਰਨ ਵਾਲਾ ਜੀ, ਉਹ ਮੇਰੇ ਖਿਆਲ 'ਚ ਸਭ ਤਾਂ ਆਪਣਾ ਆਪਣਾ ਹੀ ਲੱਗਦਾ, ਗਵਈਏ ਨੂੰ ਸਾਰੇ ਗੀਤ ਹੀ ਲੱਗਦੇ ਆ। ਤਾਂ ਹੁਣ ਦੇਖਦੇ ਹਾਂ ਪੰਜਾਬ ਨੂੰ ਨੇੜਿਓਂ ਦੇਖਦੇ ਹਾਂ ਜੀ, ਔਰ ਇੱਥੇ ਆ ਕੇ ਵੀ ਪੰਜਾਬ ਦੇਖ ਰਹੇ ਹਾਂ, ਪੰਜਾਬੀ ਜਿੱਥੇ ਵੀ ਬੈਠੇ ਆ ਮੈਨੂੰ ਲੱਗਦਾ ਪੰਜਾਬ ਹੀ ਵਸਾਈ ਬੈਠੇ ਆ ਜੀ। ਬਿਲਕੁਲ ਬਿਲਕੁਲ, ਬਸ ਉਹੀ ਆ ਰੋਜ਼ ਦੀਆਂ ਜਿਹੜੀਆਂ ਤੁਸੀਂ ਚੰਗੀਆਂ ਅਤੇ ਕੁਛ ਮਾੜੀਆਂ ਚੀਜ਼ਾਂ ਤੁਹਾਡੇ ਐਕਸਪੀਰੀਅੰਸ ਹੁੰਦੇ ਆ, ਉਹ ਫਿਰ ਗਵਈਏ ਦੇ ਗੀਤ ਬਣ ਬਣ ਨਿਕਲਦੇ ਆ, ਤੇ ਫਿਲਮ ਮੇਕਰਸ ਦੇ ਉਹ ਫਿਲਮਾਂ ਬਣ ਬਣ ਨਿਕਲਦੇ ਆ, ਤੁਹਾਡੀਆਂ ਖਬਰਾਂ ਬਣ ਬਣ ਨਿਕਲਦੇ ਆ। ਬਿਲਕੁਲ, ਇਸ ਤਰ੍ਹਾਂ ਜਿਹੜੇ ਫੀਲਡ 'ਚ ਵੀ ਜਿਹੜਾ ਬੰਦਾ ਬੈਠਾ ਉਸ ਤਰ੍ਹਾਂ ਦੇ ਸੁਭਾਅ 'ਚ ਬਣ ਬਣ ਕੇ ਉਹ ਤੁਹਾਡਾ ਰੋਜ਼ ਦਾ ਦੇਖਣਾ ਹੀ ਮੇਰੇ ਖਿਆਲ 'ਚ ਤੁਹਾਡਾ ਆਰਟ ਬਣ ਜਾਂਦਾ ਜੀ। ਜੀ 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 ਜੀ। ਅਤੇ ਭਾਅ ਜੀ, ਕੈਰੀਅਰ ਦੀ ਮੈਂ ਸ਼ੁਰੂਆਤ ਦੀ ਗੱਲ ਕਰਾਂ ਕਿ ਤੁਸੀਂ ਇੱਕ ਅਲੱਗ ਹੀ ਤੌਰ ਦੇ ਉੱਤੇ ਜਿਹੜੀ ਹੈਗੀ ਆਪਣੀ ਗਾਇਕੀ ਸ਼ੁਰੂ ਕੀਤੀ ਹੈ, ਸੋ ਕਿੰਨੀਆਂ ਕੁ ਤੁਹਾਨੂੰ ਔਂਕੜਾਂ ਆਈਆਂ? ਕਿਉਂਕਿ ਇੱਕ ਪਾਸੇ ਨੌਜਵਾਨਾਂ ਦਾ ਰੁਝਾਨ ਸੀਗਾ ਦੂਸਰੇ ਪਾਸੇ, ਅਤੇ ਇੱਕ ਤਰ੍ਹਾਂ ਦਾ ਤੁਸੀਂ ਅਲੱਗ ਜਿਹੜਾ ਆਪਣਾ ਗਾਉਣ ਦਾ ਜਿਹੜਾ ਸਟਾਈਲ ਜਿਵੇਂ ਮੈਂ ਪਹਿਲਾਂ ਕਿਹਾ ਉਹਨੂੰ ਸ਼ੁਰੂ ਕੀਤਾ, ਕਿੰਨੀਆਂ ਕੁ ਤੁਹਾਨੂੰ ਔਂਕੜਾਂ ਆਈਆਂ ਇਹਦੇ ਵਿੱਚ? ਅਸਲ 'ਚ ਨਾ ਜਿਸ ਤਰ੍ਹਾਂ ਦੀ ਦੁਨੀਆ 'ਚ ਬੰਦਾ ਰਹਿੰਦਾ ਉਸ ਤਰ੍ਹਾਂ ਦਾ ਹੋ ਜਾਂਦਾ ਜੀ। ਮੈਂ ਇਹ ਵੀ ਨਹੀਂ ਕਹਿੰਦਾ ਹੁਣ ਵੀ ਨੌਜਵਾਨਾਂ ਦਾ ਰੁਝਾਨ ਨਹੀਂ, ਤੁਸੀਂ ਪੰਜਾਬ ਵਾਲੇ ਸ਼ੋਅ ਦੇਖੇ ਹੋਣਗੇ ਜੀ, ਨੌਜ ਉੱਥੇ ਯੰਗਸਟਰ ਵੀ ਬੜੇ, 5-5, 7-7 ਹਜ਼ਾਰ ਯੰਗ, ਜੇ ਮੰਨ ਲਓ 20,000 ਦਾ ਇਕੱਠ ਹੈ ਤਾਂ ਉਹਦੇ 'ਚ 5-7 ਹਜ਼ਾਰ ਯੰਗਸਟਰ ਹੁੰਦੇ ਆ ਮੁੰਡੇ ਕੁੜੀਆਂ। ਜੀ 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 ਜੀ। ਤੇ ਮੋਸਟਲੀ ਮੇਰੇ ਬਹੁਤੇ ਪ੍ਰੋਗਰਾਮ ਯੂਨੀਵਰਸਿਟੀਆਂ 'ਚ ਵੀ ਹੁੰਦੇ ਆ, ਓਕੇ, ਉਹ ਸਾਰੇ ਯੰਗਸਟਰ ਯੰਗਸਟਰ ਹੁੰਦੇ, ਕਾਲਜ ਹੁੰਦੇ ਆ ਬਹੁਤ ਪ੍ਰੋਗਰਾਮ, ਕਾਲਜਾਂ 'ਚ, ਸਕੂਲਾਂ 'ਚ ਵੀ ਹੁੰਦੇ ਆ। ਜੀ 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 ਜੀ। ਤਾਂ ਉਹ ਯੰਗਸਟਰਾਂ ਦਾ ਰੁਝਾਨ ਹੈ, ਬਸ ਇਹ ਹੈ ਕਿ ਜਾਗ ਜਿਹਾ ਲਾਈ ਰੱਖੋ, ਜਦੋਂ ਤੁਸੀਂ ਕੁਛ ਚੰਗਾ ਲੈ ਕੇ ਆਉਣੇ ਹੋ
ਤੇ ਇਹ ਨਹੀਂ ਹੈ ਕਿ ਕੋਈ ਸੁਣਦਾ ਨਹੀਂ ਹੈ, ਸਾਰੀਆਂ ਪੀੜ੍ਹੀਆਂ ਹੀ ਸੁਣਦੀਆਂ। ਔਰ ਅਸਰ ਵੀ ਕੋਈ ਇਹ ਨਹੀਂ ਹੈ ਕਿ ਕੋਈ, ਜੇ ਰੱਬ ਘਰ ਦੀ ਗੱਲ ਕਰਾਂਗੇ ਤਾਂ ਸਾਰੇ ਜਿਹੜੇ 50+ ਜਾਂ 60+ ਆ ਜਿਹੜੇ ਉਹਨਾਂ 'ਤੇ ਅਸਰ ਨਹੀਂ। ਬੇਬੇ ਮੇਰੀ ਇੱਕ ਗੱਲ ਕਹਿੰਦੀ ਹੁੰਦੀ ਹੈ ਕਿ ਇਹ ਚਮੜੇ ਭਾਵੇਂ ਬਦਨੀਤ ਹੋਏ ਪਏ ਹੈ ਪਰ ਜਿਹੜੀ ਇਹਦੇ ਅੰਦਰ ਬੈਠੀ ਹੈ ਉਹ ਰੂਹ, ਉਹ ਆਤਮਾ ਕਹਿ ਲਓ, ਉਹ ਸਤਿਗੁਰੂ ਦੀ ਜਿਹੜੀ ਹੈ ਅੰਸ਼ ਹੈ ਜਿਹੜੀ, ਉਹ ਸਾਰਿਆਂ ਦੀ ਬੜੀ ਨੇਕ ਹੈ। ਇਸ ਕਰਕੇ ਜਦੋਂ ਵੀ ਇਹਨਾਂ ਪਰਤਾਂ ਦੇ ਅੰਦਰ ਜਾ ਕੇ ਅਸੀਂ ਇੰਟਰਨਲੀ ਉਸ ਮਾਲਕ ਬਾਰੇ ਜਾਂ ਸਾਡੇ ਰਿਸ਼ਤਿਆਂ ਨਾਤਿਆਂ ਬਾਰੇ ਕੋਈ ਵੀ ਗੱਲ ਆਪਣੇ ਆਰਟ ਦੇ ਜ਼ਰੀਏ ਛੇੜਦੇ ਹਾਂ ਤਾਂ ਉਹ ਅਪੀਲ ਸਾਰਿਆਂ ਨੂੰ ਕਰਦੀ ਹੈ, ਭਾਵੇਂ ਵਕਤੀ ਟ੍ਰੀਟਮੈਂਟ ਹੋਵੇ, ਭਾਵੇਂ ਉਹ 2-3 ਘੰਟਿਆਂ ਲਈ ਹੋਵੇ, ਪਰ ਭਾਵੇਂ ਮੇਰੇ ਸਾਹਮਣੇ ਕੋਈ ਜਵਾਨ ਮੁੰਡਾ ਕੁੜੀ ਬੈਠਾ, ਭਾਵੇਂ ਅੱਧ ਖੜ ਬੈਠੇ ਹੈ ਜੀ, ਤੇ ਭਾਵੇਂ ਬਜ਼ੁਰਗ ਬੈਠੇ ਹੈ, ਉਹ ਅਸਰ ਸਭ 'ਤੇ ਕਰਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਜੇ ਆਪਾਂ ਪੰਜਾਬ ਦੀ ਅੱਜ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਡੇਰਾਵਾਦ ਬਹੁਤ ਫੈਲਦਾ ਜਾ ਰਿਹਾ, ਇੱਕ ਸਾਡੇ ਨੌਜਵਾਨਾਂ ਦਾ ਰੁਝਾਨ ਹੈਗਾ ਉੱਧਰ, ਤੁਸੀਂ ਕਿਹਨੂੰ ਇਹਦਾ ਦੋਸ਼ੀ ਕਿਹਨੂੰ ਸੋਚਦੇ ਹੋ? ਦੇਖੋ ਤਾੜੀ ਦੋਨੇ ਹੱਥਾਂ ਨੇ ਵੱਜਦੀ ਹੈ ਤਾਂ ਅੱਜ ਕੱਲ੍ਹ ਹੁਣ ਗੱਲਾਂ ਪ੍ਰੈਕਟੀਕਲੀ ਦੇਖਦੇ ਹਾਂ ਕਿ ਡੇਰਾਵਾਦ, ਮੇਰਾ ਜ਼ਿਆਦਾ ਰੁਝਾਨ ਵੀਰਾ ਜਾਣੀ ਡੇਰਿਆਂ 'ਚ ਮੈਂ ਬਹੁਤ ਜ਼ਿਆਦਾ ਗਾਇਆ ਹੈ, ਗੁਰਦੁਆਰੇ ਮੰਦਰ ਮਸੀਤਾਂ ਤੋਂ ਬਿਨਾਂ ਵੀ ਜਿਹੜੇ ਕੋਈ ਆਸ਼ਰਮ ਕੁਟੀਆ ਡੇਰਾ ਵੱਖ ਵੱਖ ਸੰਪਰਦਾਵਾਂ ਨਾਲ ਜਿਹੜੇ ਜੁੜੇ ਹੋਏ ਆ, ਮੈਂ ਬਹੁਤੇ ਪ੍ਰੋਗਰਾਮ ਕੀਤੇ ਆ, ਮੇਰੇ ਖਿਆਲ 'ਚ ਮੇਰੀ ਜ਼ਿੰਦਗੀ ਦੇ 75% ਉਹਨਾਂ 'ਚ ਹੋਣਗੇ। ਓਕੇ, ਤਾਂ ਬਹੁਤੇ ਡੇਰੇ ਚੰਗੇ ਵੀ ਹੈ ਜਿੱਥੇ ਪ੍ਰੈਕਟੀਕਲੀ ਗੇਮ ਖੇਡਦੇ ਆ, ਉੱਥੋਂ ਦੇ ਸੇਵਾਦਾਰ ਜਿਹੜੇ ਮੈਡੀਟੇਸ਼ਨ ਵੱਲ ਲੈ ਕੇ ਜਾਂਦੇ ਆ, ਪਰ ਮੇਰਾ ਇੱਕ ਪਰਸਨਲੀ ਐਕਸਪੀਰੀਅੰਸ ਹੈ ਕਿ ਅਸੀਂ ਸਾਰੇ ਜਿਹੜੇ ਪੰਜਾਬ 'ਚ ਰਹਿਣ ਵਾਲੇ ਆ ਨਾ, ਪੇਂਡੂ ਲੋਕ ਆ ਜਿਹੜੇ, ਪੇਂਡੂ ਦਬਕ ਆ ਜੀ ਜੀ, ਮੋਸਟਲੀ ਜਦੋਂ ਸ਼ੁਰੂ ਹੋਈ ਉਹ ਕਹਾਣੀ ਤਾਂ ਇੱਕ ਗੁਰਦੁਆਰਾ ਬਣਿਆ ਹੋਊਗਾ, ਇੱਕ ਗੁਰਦੁਆਰੇ ਦੇ ਵਿੱਚ ਸਾਰੇ ਪਿੰਡ ਦੇ ਲੋਕ ਜਾਂਦੇ ਹੋਣਗੇ, ਉਹਦੇ ਵਿੱਚ ਸਾਡੇ ਜੱਟ ਸਿੱਖ, ਸਾਡੇ ਮਜ਼੍ਹਬੀ ਸਿੱਖ ਭਾਈ, ਸਾਡਾ ਚਮਿਆਰ ਭਾਈਚਾਰਾ, ਹੋਰ ਜਿੰਨੇ ਵੀ ਸਾਡੇ ਸੱਜਣ ਮਿੱਤਰ ਹੈਗੇ ਉਹ ਸਭ ਜਾਂਦੇ ਹੋਣਗੇ ਜੀ, ਫਿਰ ਕਿਤੇ ਨਾ ਕਿਤੇ ਜਾਤ ਪਾਤ ਨੂੰ ਲੈ ਕੇ ਪ੍ਰੋਬਲਮ ਆਈ ਹੋਊਗੀ, ਫਿਰ ਕਿਤੇ ਨਾ ਕਿਤੇ ਜਿਹੜੀ ਬੜੇ ਕਲੀਅਰ ਜਿਹੇ ਸ਼ਬਦਾਂ 'ਚ ਇੱਕ ਦਿਨ ਕਿਸੇ ਜੱਟ ਨੇ ਕਿਹਾ ਹੋਊਗਾ ਕਿ ਮੈਂ ਵੀ ਤੂੰ ਚਮਿਆਰ ਹੈ, ਮੈਂ ਤੇਰੇ ਹੱਥੋਂ ਦੇਗ ਨਹੀਂ ਲੈਣੀ, ਜਾਂ ਮੈਂ ਤੇਰੇ ਨਾਲ ਬੈਠ ਕੇ ਲੰਗਰ ਨਹੀਂ ਛਕਣਾ, ਜੀ 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 ਜੀ, ਜਾਂ ਜਿਹੜੀਆਂ ਮਰਿਆਦਾਵਾਂ ਦੇ ਵਿੱਚ ਮੈਂ ਖੜਾ ਹੈ, ਕਿਉਂਕਿ ਉੱਥੇ ਭੁਲੇਖਾ ਪਿਆ ਹੋਊਗਾ ਕਿ ਮੈਂ ਉੱਚੀ ਜ਼ਾਤ ਦਾ ਤੇ ਤੂੰ ਨੀਵੀਂ ਜ਼ਾਤ ਦਾ। ਇਹ ਮੂਰਖਾਂ ਦੇ ਟੋਲੇ ਸ਼ੁਰੂ ਤੋਂ ਹੀ ਇਸ ਚਰਚਾ 'ਚ ਰਹੇ ਆ, ਜਿੱਥੋਂ ਵੱਖਰੇਵੇਂ ਪਏ ਆ, ਤਾਂ ਉੱਥੋਂ ਫਿਰ ਜਿਹੜਾ ਮੇਰਾ ਚਮਿਆਰ ਭਾਈ ਹੋਊਗਾ ਜਾਂ ਮੇਰਾ ਮਜ਼੍ਹਬੀ ਸਿੱਖ ਭਾਈ ਹੋਊਗਾ, ਉਹਨੂੰ ਕਿਤੇ ਨਾ ਕਿਤੇ ਫਿਰ ਇਹ ਲੱਗਦਾ ਹੋਊਗਾ, ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰੇ ਜਾਂਦਾ ਹੋਊਗਾ ਇੱਕ ਸ਼ਿਕਵਾ ਹੋਊਗਾ ਅੰਦਰ ਜੀ, ਤੇ ਅਗਿਆਨਤਾ ਵੀ ਹੋਊਗੀ, ਜੇ ਤਾਂ ਪਹਿਲੇ ਦਿਨ ਅਸੀਂ ਗੁਰੂ ਸਾਹਿਬ ਦੀ ਗੱਲ ਤੇ ਅਸਰ ਕਰ ਲੈਂਦੇ ਕਿ ਇੱਥੇ ਕੋਈ ਜੱਟ ਚਮਿਆਰੇ ਤਾਂ ਕੰਮ ਦੇ ਹਿਸਾਬ ਨਾਲ ਬਣੀਆਂ ਨੇ, ਕੋਈ ਮਾੜੀ ਮੋਟੀ ਖੇਤੀਬਾੜੀ ਵਾਲਾ ਉਹ ਜੱਟ ਜ਼ਿਮੀਦਾਰ ਬਣ ਗਿਆ, ਕੋਈ ਚੰਮ ਦਾ ਕੰਮ ਕਰਨ ਵਾਲਾ ਚਮਿਆਰ ਬਣ ਗਿਆ, ਕੋਈ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਬਣ ਗਿਆ, ਕੋਈ ਸੋਨੇ ਦਾ ਕੰਮ ਕਰਨ ਵਾਲਾ, ਕੰਮ ਦੇ ਹਿਸਾਬ ਨਾਲ ਮੇਰੇ ਖਿਆਲ ਤਾਂ ਪਤਾ ਬਣ ਗਿਆ। ਪਰ ਉਹ ਕਹਿੰਦੇ ਜਦੋਂ ਘਰ ਨੂੰ ਜਾਂਦਾ, ਹੁਣ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੋ ਅੱਜ ਕੱਲ੍ਹ ਮੈਂ ਪਿਛਲੇ 5-6 ਸਾਲ ਤੋਂ ਦੇਖ ਰਿਹਾ ਕਿ ਜਦੋਂ ਉਹ ਘਰ ਨੂੰ ਜਾਂਦਾ ਹੋਊ ਨਾ, ਫਿਰ ਉਸ ਵੇਲੇ ਉਹ ਕਰਦਾ ਤਾਂ ਮਾਲਕ ਨਾਲ ਹੀ ਗੱਲ ਹੋਊ ਕਿ ਮੈਨੂੰ ਵੀ ਕਿਤੇ ਨਾ ਕਿਤੇ ਮਾਨਤਾ ਦੇ ਦੇ ਯਾਰ, ਮੇਰਾ ਵੀ ਚਿੱਤ ਕਰਦਾ ਹੈ ਕਿ ਮੈਂ ਵੀ ਤੈਨੂੰ ਬੈਠ ਕੇ ਕਿਤੇ ਸਿਮਰਾਂ, ਹੋਰ ਬਾਕੀ ਜਿਹੜੀਆਂ ਆ ਨਾਲ ਨਾਲ ਜਿਵੇਂ ਲੰਗਰ ਦੀ ਪ੍ਰਥਾ ਹੈ, ਹੋਰ ਕਿਸੇ ਵੀ ਗੁਰੂ ਸਥਾਨ ਤੇ ਜਾਂਦੇ ਜੀ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਰਿਆਦਾਵਾਂ ਪ੍ਰੋਸੈਸ ਹੁੰਦਾ ਹੈ ਜਿੱਥੇ ਹਰ ਬੰਦੇ ਨੂੰ ਜੀ ਕਰਦਾ ਹੁੰਦਾ ਕਿ ਮੈਂ ਹੀ ਜਾ ਕੇ ਯਾਰ ਕੁਛ ਕਰਾਂ, ਜਿਵੇਂ ਰਮਾਲਾ ਸਾਹਿਬ ਹੀ ਹੈ ਬਿਲਕੁਲ, ਜਿਸ ਵੇਲੇ ਉਹ ਸਜਾਉਣੇ ਆ ਤਾਂ ਉੱਥੇ ਵੀ ਚਿੱਤ ਕਰਦਾ, ਭਾਵੇਂ ਕਿਸੇ ਵੀ ਜਾਤ ਦਾ ਬੰਦਾ ਬੈਠਾ ਵੀ ਮੈਂ ਵੀ ਏਦਾਂ ਕੁਛ ਹਨਾ ਗੁਰੂ ਸਾਹਿਬ ਦੇ ਸਨਮਾਨ ਲਈ ਕਰਾਂ ਜੀ। ਤਾਂ ਕਹਿੰਦੇ ਜਦੋਂ ਫਿਰ ਉਹ ਲਾਂਭਾ ਜਾਂਦਾ ਘਰ ਨੂੰ ਜਾਂਦਾ ਤਾਂ ਫਿਰ ਏਦਾਂ ਹੀ ਕੋਈ ਡੇਰੇ ਵਾਲਾ ਆਵਾਜ਼ ਮਾਰ ਲੈਂਦਾ, ਆ ਜਾ ਤੂੰ ਇੱਧਰ ਆ ਜਾ ਜੀ ਜੀ। ਤਾਂ ਉਸ ਵੇਲੇ ਫਿਰ ਉਹਨੂੰ ਇੱਕ ਟਾਈਮ ਇਹ ਨਹੀਂ ਦਿੰਦਾ ਕਿ ਇੱਥੇ ਕਰਮ ਕਾਂਡ ਹੈ ਜਾਂ ਇੱਥੇ ਵਾਕਈ ਸੱਚਾਈ ਹੈ, ਇੱਥੇ ਹੀ ਉਹ ਮੇਰੇ ਗੁਰੂ ਵਾਲੀ ਗੱਲ ਹੋ ਰਹੀ ਹੈ, ਤਾਂ ਇੱਕ ਵਾਰੀ ਕਹਿੰਦੇ ਉਹ ਛਾਲ ਮਾਰਦਾ। ਤਾਂ ਹੌਲੀ ਹੌਲੀ ਫਿਰ ਕਹਿੰਦੇ ਇੱਕ ਸਾਲ ਨਹੀਂ ਕਈ ਸਾਲ ਲੱਗੇ ਫਿਰ ਇਹਨਾਂ ਚੀਜ਼ਾਂ ਨੂੰ, ਜਦੋਂ ਫਿਰ ਏਦਾਂ ਸਾਡੀਆਂ ਆਪਸੀ ਜਿਹੜੀਆਂ ਉੱਚੀਆਂ ਨੀਵੀਆਂ ਗੱਲਾਂ ਕਰਕੇ ਫਿਰ ਲੋਕ ਡੇਰਿਆਂ ਨੂੰ ਵੀ ਭੱਜੇ, ਬਿਲਕੁਲ ਹੌਲੀ ਹੌਲੀ ਫਿਰ ਸੰਪਰਦਾਵਾਂ ਬਣੀਆਂ। ਉਹੀ ਕਿਤੇ ਉਸ ਵੇਲੇ ਆਵਾਜ਼ ਮਾਰੀ ਹੁੰਦੀ ਕੋਈ, ਮੇਰਾ ਜਲਾਹ ਪਾਈ ਜਾਂਦਾ ਤਾਂ ਕਹਿ ਹੁੰਦਾ ਆਵਾਜ਼ ਮਾਰ ਕੇ ਆਓ ਭਾਈ ਗੁਰੂ ਦਾ ਸਿੱਖਾ, ਆ ਜਾ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਆ, ਕੋਈ ਚਮਿਆਰ ਪਾਈ ਜਾਂਦਾ ਤਾਂ ਆਵਾਜ਼ ਮਾਰ ਕੇ ਕਿਹਾ ਹੋਵੇ ਆ ਜਾ ਆਪਾਂ ਗੁਰੂ ਰਵਿਦਾਸ ਦੀ ਬਾਣੀ ਪੜ੍ਹਦੇ ਆ, ਕੋਈ ਏਦਾਂ ਹੀ ਮੁਹੰਮਦਨ ਭਾਈ ਕੋਈ ਨਮਾਜ਼ ਅਦਾ ਕਰਨ ਚੱਲਿਆ ਉਹਨੂੰ ਪਿਆਰ ਨਾਲ ਸੱਦਾ ਮਾਰਦਾ ਨਮਾਜ਼ ਅਦਾ ਕਰਿਆ, ਆ ਜਾ ਆਉਂਦਾ ਹੈ ਆ ਜੀ ਆਪਾਂ ਬਾਬੇ ਸ਼ੇਖ ਫਰੀਦ ਦੇ ਸਲੋਕ ਪੜ੍ਹਾਂਗੇ। ਬਿਲਕੁਲ ਬਿਲਕੁਲ। ਤਾਂ ਕਿੱਥੇ ਤਾਂ ਸਾਡੇ ਪ੍ਰਚਾਰਕਾਂ ਨੇ ਇਹ ਚੀਜ਼ਾਂ ਸ਼ੁਰੂ ਤੋਂ ਸਾਨੂੰ ਕਿਤੇ ਸਿਖਾਈਆਂ ਹੁੰਦੀਆਂ ਤਾਂ ਫਿਰ ਇਹ ਰਫੜੀ ਨਹੀਂ ਪੈਣੀ ਸੀ। ਕੋਈ ਹਿੰਦੂ ਪਾਈ ਜਾਂਦਾ ਕਹਿਣਾ ਹੁੰਦਾ ਯਾਰ ਬ੍ਰਾਹਮਣਾਂ ਦੀ ਬਾਣੀ ਆ ਜਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਿਲਕੁਲ ਕਨਸੈਪਟ ਸਾਰਾ ਹੀ ਕਲੀਅਰ ਹੈ ਜੀ, ਪਰ ਰੌਲਾ ਇਹ ਹੈ ਕਿ ਸਾਨੂੰ ਦੱਸਣ ਵਾਲਿਆਂ ਨੇ ਕਿਤੇ ਨਾ ਕਿਤੇ ਗੜਬੜ ਕੀਤੀ, ਤਾਂ ਹੌਲੀ ਹੌਲੀ ਫਿਰ ਇਹ ਡੇਰੇ ਆਸ਼ਰਮ ਇੱਦਾਂ ਬਣਦੇ ਗਏ। ਪਰ ਬਸ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਹਰ ਜਗ੍ਹਾ 'ਤੇ ਮੇਰੇ ਮਾਲਕ ਦੀ ਗੱਲ ਹੋਵੇ ਜੀ। ਬਿਲਕੁਲ ਜੀ ਬਿਲਕੁਲ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਭਾਅ ਜੀ ਨੇ ਇਹ ਗੱਲਬਾਤ ਦੱਸੀ ਹੈ ਕਿ ਇਹ ਕਿਵੇਂ ਇਹ ਸ਼ੁਰੂਆਤ ਹੁੰਦੀ ਹੈ ਅਤੇ ਹੁਣ ਅਸੀਂ ਕਿੱਥੇ ਖੜ੍ਹੇ ਹੋਏ ਹਾਂ।
ਕਿਹੜੇ ਸਟੈਪ 'ਤੇ ਖੜ੍ਹੇ ਹਾਂ, ਕਿਵੇਂ ਮੂੜਾ ਪੈਣਾ, ਇਹ ਸਾਰੀ ਇਹਦੇ ਵਿੱਚ ਹੀ ਗੱਲ ਦੇ ਵਿੱਚ ਸਾਰੀ ਆ ਜਾਂਦੀ ਹੈ ਜੀ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰ ਦੇਵਾਂ ਕਿ ਤੁਸੀਂ ਕੋਈ ਕੁਐਸਚਨ ਜਿਹੜਾ ਪੁੱਛਣਾ ਚਾਹੋ ਕਨਵਰ ਗਰੇਵਾਲ ਭਾਅ ਜੀ ਦੇ ਕੋਲੋਂ, ਤਾਂ ਤੁਸੀਂ ਰਿਸੈਪਸ਼ਨ ਦੇ ਉੱਤੇ ਫੋਨ ਕਰਕੇ ਦੱਸ ਸਕਦੇ ਹੋ, ਅਤੇ ਉਹ ਕੁਐਸਚਨ ਜਿਹੜਾ ਤੁਹਾਡਾ ਪੁੱਛਣ ਦੀ ਕੋਸ਼ਿਸ਼ ਕਰਾਂਗੇ ਭਾਅ ਜੀ ਹੋਰਾਂ ਨੂੰ। ਸੋ ਭਾਅ ਜੀ, ਇੱਕ ਹੋਰ ਕੁਐਸਚਨ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਸੀ, ਸੈਂਕੜੇ ਸ਼ੋਅਜ਼ ਤੁਹਾਡੇ ਪੰਜਾਬ ਦੇ ਵਿੱਚ ਹੁੰਦੇ ਆ, ਭਾਰਤ ਦੇ ਵਿੱਚ ਹੁੰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਵਿਚਰਦੇ ਰਹਿੰਦੇ ਹੋ, ਕਿੱਥੇ ਤੁਸੀਂ ਜ਼ਿਆਦਾ ਜਿਹੜਾ ਵਧੀਆ ਫੀਲ ਕਰਦੇ ਹੋ, ਕਿਵੇਂ ਤੁਹਾਨੂੰ ਲੱਗਦਾ, ਕਿਉਂਕਿ UK ਵੀ ਤੁਸੀਂ ਆਏ ਹੋ ਹੁਣ, ਕਿਵੇਂ ਫੀਲ ਕਰਦੇ ਹੋ, ਕੀ ਡਿਫਰੈਂਸ ਹੈਗਾ ਇਹਨਾਂ ਦੇ ਵਿੱਚ? ਹੁਣ ਤਾਂ ਵੀਰਾ ਜਿੱਥੇ ਵੀ ਸਾਜ ਵੱਜਦਾ ਉੱਥੇ ਹੀ ਵਧੀਆ ਲੱਗਦਾ। ਅੱਛਾ, ਉਹ ਭਾਵੇਂ ਕੋਈ ਪੈਸਿਆਂ ਵਾਲਾ ਸ਼ੋਅ ਹੋਵੇ ਅਤੇ ਭਾਵੇਂ ਕੋਈ ਜਾਣੀ ਆਪਦੇ ਮਨ ਦੀ ਖੁਸ਼ੀ ਵਾਲਾ ਹੋਵੇ ਜੀ, ਤਾਂ ਸਭ ਕਿਤੇ ਚੰਗਾ ਲੱਗਦਾ। ਅਸਲ 'ਚ ਮੈਨੂੰ ਇਹ ਲੱਗਦਾ ਹੁੰਦਾ ਗਵਈਏ ਦੀਆਂ 3 ਸਟੇਜਾਂ ਹੈ ਬਾਬੇ ਬਾਈ, ਕਿ ਇੱਕ ਤਾਂ ਪਹਿਲੀ ਜਿਹੜੀ ਬਹੁਤ ਛੋਟੇ ਹੁੰਦੇ ਗਾਉਂਦੇ ਹੁੰਦੇ ਸੀ, ਜਦੋਂ ਲੱਗਦਾ ਹੁੰਦਾ ਸੀ ਕਿ ਬੈਕ ਸਟੇਜ ਬੈਠੇ ਹਾਂ ਜੀ, ਜੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਅਤੇ ਪਿੱਛੇ ਲੱਤਾਂ ਜੀਆਂ ਕੰਬ ਰਹੀਆਂ ਬੈਠੇ ਦੀਆਂ, ਇੱਕ ਉਹ ਜਿਹੜੀ ਨਰਵਸਨੈਸ ਹੁੰਦੀ ਹੈ ਜੀ, ਔਰ ਉਸ ਵੇਲੇ ਉਹ ਗਵਈਏ ਦੀ ਅਰਦਾਸ ਹੁੰਦੀ ਹੈ ਕਿ ਬਾਲਕਾ ਵੀ ਖਿਆਲ ਰੱਖੀ ਮੇਰਾ ਅਤੇ ਮੈਂ ਭੁੱਲ ਨਾ ਜਾਵਾਂ ਕੁਛ, ਮੈਂ ਕੋਈ ਮਾੜਾ ਮੋਟਾ ਜ਼ਿਆਦਾ ਬਿਸੁਰਾ ਨਾ ਹੋ ਜਾਵਾਂ, ਕੋਈ ਤਾਲ ਨਾ ਛੱਡ ਜਾਵਾਂ। ਬਿਲਕੁਲ। ਅਤੇ ਫਿਰ ਦੂਸਰੀ ਸਟੇਜ ਆਉਂਦੀ ਹੈ ਜਦੋਂ ਥੋੜ੍ਹਾ ਜਿਹਾ ਕੰਮ ਜਿਹਾ ਚੱਲ ਪੈਂਦਾ, ਫਿਰ ਥੋੜ੍ਹੀ ਜਿਹੀ ਈਗੋ ਠੋਲੇ ਮਾਰਦੀ ਹੈ ਕਿ ਹੁਣ ਕੋਈ ਨਹੀਂ ਕਰਾਊਡ ਹੋ ਲੈਂਦਾ, ਮੈਂ ਫਿਰ ਆਉਣਾ, ਪਿੱਛੇ ਬੈਠਾ ਥੋੜ੍ਹਾ ਬਹੁਤਾ ਚੋਇਸ ਸੀ। ਇੱਕ ਤੀਸਰੀ ਆਉਂਦੀ ਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਜਦੋਂ ਹੁੰਦਾ ਕਿ ਲੋਕ ਵੀ ਭਾਵੇਂ ਹੋਣ ਨਾ ਹੋਣ, ਬਹੁਤ ਹੁੰਦਾ ਕਿ ਇੱਕ ਸਾਜ਼ ਵੱਜਣਗੇ ਜੀ, ਜਿਵੇਂ ਅੱਜ ਕੱਲ੍ਹ ਲੱਗਦਾ ਕਿ ਹੁਣ ਜਦੋਂ ਤੂੰਬੇ ਦੀ ਤਾਰ ਸੁਣਦੀ ਹੈ ਤਾਂ ਫਿਰ ਇੱਕ ਚਾਅ ਹੁੰਦਾ ਕਿ ਹੁਣ 3 ਘੰਟੇ ਉਹਦੀਆਂ ਗੱਲਾਂ ਗੀਤ ਕਰਾਂਗੇ, ਸਾਰੇ ਸਾਡੇ ਮਾਂ ਬਾਪ ਬੈਠੇ ਹੋਣਗੇ, ਭੈਣ ਭਰਾ ਬੱਚੇ ਪਰਿਵਾਰ ਵਾਂਗੂ ਬੈਠੇ ਹੋਣਗੇ, ਤੇ ਬਸ ਇੱਕ 3 ਘੰਟੇ ਚੰਗੀ ਐਨਰਜੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਕੱਲ੍ਹ ਰੁਝਾਨ ਕੁਛ ਇਸ ਤਰ੍ਹਾਂ ਦਾ ਹੋਇਆ। ਠੀਕ ਹੈ। ਸੋ ਹਰ ਇੱਕ ਜਗ੍ਹਾ ਜਿਹੜਾ ਉਹੀ ਫੀਲ ਹੁੰਦਾ, ਸਭ ਜਗ੍ਹਾ ਤੇ ਚੰਗੇ ਲੋਕ ਨੇ ਜੀ ਜੀ, ਤੇ ਸਭ ਜਗ੍ਹਾ ਤੇ ਚੰਗੇ ਲੋਕ ਨਹੀਂ ਵੀ ਹੈ, ਤਾਂ ਇਹ ਚੰਗੇ ਮਾੜੇ ਲੋਕ, ਇਹ ਨਹੀਂ ਹੈ ਕਿ ਕੋਈ ਮਾੜੇ ਲੋਕ ਕੋਈ, ਮੈਂ ਉਸ ਪੁਆਇੰਟ ਆਫ ਵਿਊ ਤੋਂ ਬਸ ਇਹੀ ਹੈ, ਬਿਰਤੀ ਦੀ ਵੀ ਬਾਤ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਸਾਡੇ ਨਾਲ ਬੌਬੀ ਭਾਅ ਜੀ ਵੀ ਮੌਜੂਦ ਨੇ ਜੀ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਇੱਥੇ ਅਕਾਲ ਚੈਨਲ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਦੇਖੀ ਹੈ, ਸੁਣੀ ਹੈ, ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ। ਸੋ ਅੱਜ ਸਾਡੇ ਨਾਲ ਮੌਜੂਦ ਨੇ ਜੀ, ਅਤੇ ਆਓ ਉਹਨਾਂ ਦੇ ਕੋਲੋਂ ਵੀ ਪੁੱਛਦੇ ਹਾਂ, ਬੌਬੀ ਭਾਅ ਜੀ ਕੀ ਮਹਿਸੂਸ ਕਰ ਰਹੇ ਹੋ ਅੱਜ? ਵਾਹਿਗੁਰੂ ਜੀ ਕੀ ਫਤਿਹ ਜੀ। ਮਹਿਸੂਸ ਆਪਾਂ ਬਹੁਤ ਖੁਸ਼ੀ ਮਾਣਦੇ ਆ ਜੀ ਆਪਣੇ ਵੀਰ ਦੇ ਨਾਲ। ਬਿਲਕੁਲ। ਸਾਨੂੰ ਤਕਰੀਬਨ ਹੁਣ 10 ਦਿਨ ਹੋ ਗਏ ਜੀ ਜੀ, ਸਾਡੇ ਵੀਰ ਦੇ ਹੁਣ 2 ਸ਼ੋਅ ਇੱਥੇ ਬਰਮਿੰਗਮ ਦੇ ਵਿੱਚ ਸੈਟਰਡੇ ਵਾਲੇ ਦਿਨ, ਓਕੇ, ਇੱਕ ਇੱਥੇ ਲੰਡਨ ਦੇ ਵਿੱਚ, ਲੰਡਨ ਵਾਲੇ ਸੈਟਰਡੇ ਵਾਲੇ ਦਿਨ ਹੋਣਾ ਜੀ ਜੀ ਜੀ, ਅਰੀਨਾ ਬਰਮਿੰਗਮ ਦੇ ਵਿੱਚ ਇੱਥੇ ਸੰਡੇ ਵਾਲੇ ਦਿਨ ਹੋਣਾ ਜੀ, ਜਿੰਨਾ ਚਿਰ ਸਾਡਾ ਵੀਰ ਇੱਥੇ ਆ ਉਨਾ ਚਿਰ ਆਪਾਂ ਸੰਗਤ ਕਰੂੰਗੇ, ਐਂਡ ਜਿਹੜੀ ਆਪਾਂ ਸੰਗਤ ਕੀਤੀ ਵੀ ਆ, ਯੂ ਨੋ, ਉਹ ਉਹਦਾ ਜਿੰਦਾ ਆਪਾਂ ਫਲ ਲੈਂਦੇ ਆ, ਇਸ ਟਾਈਮ ਦਾ ਆਪਾਂ ਫਲ ਲੈਂਦੇ ਆ, ਆਪਾਂ ਆਪਣੇ ਵੀਰ ਦੇ ਨਾਲ ਬੈਠ ਕੇ ਇਸ ਸੰਗਤ ਦੇ ਵਿੱਚੋਂ ਆਪਾਂ ਵੀ ਕਹਿੰਦੇ ਥੋੜ੍ਹੇ ਉੱਪਰ ਵਾਲੇ ਦੇ ਗੁਣ ਗਾਉਂਦੇ, ਐਂਡ ਇਹਨਾਂ ਨੇ ਜਿੰਦਾ ਜਿਹੜੀ ਇਹਨਾਂ ਦੀ ਸਟੋਰੀ ਆ, ਇਹਨਾਂ ਦੀ ਬੈਕਗਰਾਊਂਡ ਆ, ਉਹਨਾਂ ਦੇ ਨਾਲ ਵੀ ਆਪਾਂ ਲਿੰਕ ਕਰਦੇ ਕਰਕੇ ਆਪ ਸਾਨੂੰ ਪੂਰੀ ਪਤਾ ਨਹੀਂ ਸਕਾ, ਪਰ ਜਦੋਂ ਸਾਡਾ ਵੀਰ ਸਾਨੂੰ ਦੱਸਦਾ ਆਪਾਂ ਵੀ ਆਪਣੀ ਸਟੋਰੀ ਦੇਖਦੇ ਆ, ਇਹਨਾਂ ਦੀ ਸਟੋਰੀ ਆਪਾਂ ਸੁਣਦੇ ਆ ਜਿੱਥੋਂ ਇਹਨਾਂ ਨੇ ਸ਼ੁਰੂ ਕੀਤੀ ਸੀਗੀ। ਆਈ ਥਿੰਕ ਮੇਰੇ ਵੀਰ ਦੇ ਡੈਡੀ ਦੇ 7 ਭਰਾ, ਸੋ ਵੈਰੀ ਬਿਗ ਫੈਮਿਲੀ, ਆਪਾਂ ਬੈਠ ਬੈਠ ਕੇ ਇੰਟਰਵਿਊਜ਼ ਦੇ ਵਿੱਚ 100-200 ਬੰਦੇ ਦੇ ਮੂਹਰੇ ਆਪਾਂ ਸੁਣੀਆਂ, ਨਾਲੇ ਆਪਾਂ ਪਹਿਰਾ ਦਿੱਤਾ, ਨਾਲੇ ਦੇਖਿਆ ਗਰੀਬੀ ਤੋਂ ਜਿੰਦਾ, ਯੂ ਨੋ, ਕਿੰਨਾ ਗਰੀਬ ਪਰਿਵਾਰ ਸੀਗਾ, ਇੱਥੋਂ ਸ਼ੁਰੂ ਕੀਤਾ, ਐਂਡ ਗੁਰੂ ਦੇ ਗੁਣ ਗਾਉਣੇ ਆਊਟਸਾਈਡ ਵਰਲਡ ਦੇ ਵਿੱਚ ਕੋਈ ਜਣਾ ਸੁਣਦਾ ਅੱਜ ਕੱਲ੍ਹ? ਲਾਈਕ ਨੋਬਡੀ ਲਿਸਨਸ ਟੂ ਦਾ। ਅਬਗਮ ਤਾਂ ਆਪਾਂ ਸਾਰੇ ਸੁਣਦੇ ਆ ਜਿਹੜੇ ਸਾਨੂੰ ਚੰਗੇ ਲੱਗਦੇ ਆ, ਪਰ ਆਹ ਚੀਜ਼ ਸੁਣਨ ਲੈ, ਨਾਲੇ ਇਸ ਚੀਜ਼ ਦੇ ਉੱਤੇ ਤੁਰਨ ਲੈ, ਆਈ ਥਿੰਕ, ਯੂ ਨੋ, ਉੱਪਰ ਵਾਲੇ ਦੀ ਪੂਰੀ ਕਿਰਪਾ ਹੋਣੀ ਆ। ਐਂਡ ਆਪਾਂ ਵੀ ਮਹਿਸੂਸ ਕਰਦੇ ਜਿੰਦਾ ਆਪਾਂ ਥੋੜ੍ਹਾ ਰੁੱਖਾ ਬੋਲਦੇ ਆ, ਆਮ ਟੈਲਿੰਗ ਯੂ ਦ ਟਰੂਥ, ਕਰਕੇ ਆਪਾਂ ਗਾਣੇ ਰੁੱਖੇ ਬੰਦਿਆਂ ਦੇ ਸੁਣੇ ਆ, ਸੋ ਮੈਂ ਵੀ ਆਪਣੇ ਮਨ ਦੇ ਵਿੱਚ ਸੋਚਦਾ ਸੀਗਾ ਯਾਰ ਮੈਂ ਹੁਣ ਕਿੰਦਾ ਗੱਲ ਕਰਾਂ ਆਪਣੇ ਵੀਰ ਦੇ ਮੂਹਰੇ, ਇਹਨਾਂ ਦੀ ਗੱਲ ਨਾਲੇ ਸਾਡੀ ਗੱਲ ਦੇ ਵਿੱਚ ਇੰਨਾ ਇਸ ਫਰਕ ਇੰਨਾ ਦੂਰ ਆ, ਇਟਸ ਲਾਈਕ, ਯੂ ਨੋ, ਅਸਮਾਨ ਨਾਲੇ ਧਰਤੀ ਦੇ ਨਾਲ ਫਰਕ ਆ। ਸੋ ਜਿੰਨਾ ਚਿਰ ਆਪਾਂ ਆਪਣੇ ਵੀਰ ਦੇ ਨਾਲ ਆ, ਆਪਾਂ ਵੀ ਕੋਸ਼ਿਸ਼ ਕਰਦੇ ਆ ਸਹੀ ਪੰਜਾਬੀ ਬੋਲਣੀ, ਐਂਡ ਉਹਦੇ ਉੱਤੇ ਆਪਾਂ ਪਹਿਰਾ ਦੇਣਾ, ਆਪਾਂ ਵੀ ਚਾਹੁੰਦੇ ਆ ਨਿਆਣੇ ਵੀ ਚੰਗੀ ਬੋਲਣ, ਮਾਪਿਆਂ ਦੀ ਸੇਵਾ ਕਰਨ, ਨਾਲੇ ਇਸ ਚੀਜ਼ ਦੇ ਵਿੱਚ ਕੋਈ ਚੀਜ਼ ਸੋਹਣੀ ਲੈ ਕੇ ਜਾਵੋ, ਯੂ ਨੋ ਆਈ ਮੀਨ, ਇਹਦੇ ਵਿੱਚ ਕੋਈ ਗਨ ਗੁਣ ਨਹੀਂ ਹੈਗੀ, ਕੋਈ ਪੰਗੇ ਦੀ ਗੱਲ ਨਹੀਂ ਹੈਗੀ, ਬਿਲਕੁਲ, ਇਟਸ ਆਲ ਅਬਾਊਟ ਗੁਰੂ ਗੁਰੂ ਗੁਰੂ, ਵਿਚ ਲੀਡਸ ਆਨ ਟੂ, ਵੀਰ ਨੇ ਨਵਾਂ ਗੀਤ ਕੱਢਿਆ ਗੁਰੂ ਗੁਰੂ ਬਿਊਟੀਫੁਲ, ਗੁਰੂ ਰਵਿਦਾਸ ਦੀਆਂ ਵਾਰਾਂ ਦੇ ਉੱਤੇ ਭਾਜੀ, ਤੁਸੀਂ ਉਹਦੇ ਬਾਰੇ ਥੋੜਾ ਦੱਸੋ। ਬਿਲਕੁਲ, ਮੈਂ ਚਾਹਾਂਗਾ ਕਿ ਥੋੜਾ ਜਿਹਾ ਤੁਸੀਂ ਉਹ ਸੁਣਾ ਦਿਓ ਆਪਣਾ ਨਵਾਂ ਗੀਤ ਜੀ। ਹਾਂ ਬਿਲਕੁਲ ਮੇਰੇ ਵੀਰ ਜੀ। ਹਾਂ, ਗਿਆਨ ਵੀ ਤੇਰਾ, ਧਿਆਨ ਵੀ ਤੇਰਾ,
ਪਰਤਖ ਵੀ ਤੂੰ ਪਰਮਾਣੁ ਵੀ ਤੇਰਾ ਗਿਆਨ ਵੀ ਤੇਰਾ ਧਿਆਨ ਵੀ ਤੇਰਾ ਪਰਤਖ ਵੀ ਤੂੰ ਪਰਮਾਣੁ ਵੀ ਤੇਰਾ ਸੁਲਝੀ ਹੋਈ ਤਾਣੀ ਦਾ ਤੇਰੀ ਗੁਰਬਾਣੀ ਦਾ ਕਰਾਂ ਅਭਿਆਸ ਗੁਰੂ 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 ਰਵਿਦਾਸ ਗੁਰੂ ਰਵਿਦਾਸ ਗੁਰੂ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਸਾਡੇ ਦਰਸ਼ਕ ਵੀ ਜਿਹੜੇ ਇਸ ਵੇਲੇ ਸੁਣ ਰਹੇ ਨੇ, ਦੇਖ ਰਹੇ ਨੇ ਕਨਵਰ ਗਰੇਵਾਲ ਭਾਅ ਜੀ ਨੂੰ ਅੱਜ ਸਵੇਰ ਦੇ ਟਾਈਮ, ਸੋ ਐਸੀ ਸ਼ਖਸੀਅਤ ਦੇ ਦਰਸ਼ਨ ਜਿਹੜੇ ਅਸੀਂ ਵੀ ਕਰ ਰਹੇ ਹਾਂ, ਤੁਸੀਂ ਵੀ ਕਰ ਰਹੇ ਹੋ। ਸੋ ਜਿਵੇਂ ਬੌਬੀ ਭਾਅ ਜੀ ਨੇ ਗੱਲ ਕਹੀ ਹੈ ਕਿ ਜਿਵੇਂ ਜੀ ਜਿਵੇਂ ਦੀ ਸੰਗਤ ਹੁੰਦੀ ਹੈ, ਸੋ ਬੰਦਾ ਉਸੇ ਤਰ੍ਹਾਂ ਦਾ ਹੋ ਜਾਂਦਾ। ਸੋ ਸਾਡੇ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੀ ਗਾਇਕੀ ਜਿਹੜੀ ਹੈ ਉਹਨੂੰ ਪ੍ਰਮੋਟ ਕਰਨ, ਜਿਵੇਂ ਅੱਜ ਗਰੇਵਾਲ ਭਾਅ ਜੀ ਨੇ ਜਿਹੜਾ ਮੂੜਾ ਦਿੱਤਾ ਹੋਇਆ ਗਾਇਕੀ ਨੂੰ। ਸੋ ਨੌਜਵਾਨ ਵੀ ਬਹੁਤ ਖੁਸ਼ ਹੋ ਕੇ ਸੁਣਦੇ ਨੇ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੱਚਦੇ ਵੇਖੇ ਨੇ, ਭੰਗੜੇ ਪਾਉਂਦੇ ਵੇਖੇ ਨੇ ਇਹਨਾਂ ਦੇ ਗਾਣਿਆਂ ਦੇ ਉੱਤੇ, ਗੀਤਾਂ ਦੇ ਉੱਤੇ। ਸੋ ਇਹੋ ਜਿਹੀ ਜਿਹੜੀ ਸਾਫ਼ ਸੁਥਰੀ ਗਾਇਕੀ ਦੀ ਅੱਜ ਪੰਜਾਬ ਨੂੰ ਲੋੜ ਹੈਗੀ ਆ। ਸੋ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਅੱਜ ਨੌਜਵਾਨ ਸਾਡੇ ਨਸ਼ੇ ਦੇ ਵਿੱਚ ਵੀ ਜਾ ਰਹੇ ਨੇ? ਇਹ ਵੱਡਾ ਸਵਾਲ ਹੁੰਦਾ, ਤੁਹਾਨੂੰ ਹਰ ਇੰਟਰਵਿਊ ਦੇ ਵਿੱਚ ਪੁੱਛਿਆ ਜਾਂਦਾ ਹੋਣਾ, ਕਿਉਂਕਿ ਬਹੁਤ ਮਾੜਾ ਹਾਲ ਹੋਇਆ ਪੰਜਾਬ ਤੋਂ ਬਾਹਰ ਵਸਣ ਵਾਲੇ, ਯਾਨੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਵਸਣ ਵਾਲੇ ਜਿਹੜੇ ਪੰਜਾਬੀ ਹੈ ਉਹ ਜ਼ਿਆਦਾ ਚਿੰਤਾ ਦੇ ਵਿੱਚ ਨੇ, ਕੀ ਕਹਿਣਾ ਚਾਹੋਗੇ? ਮਾਲਕ ਹੀ ਭਲਾ ਕਰੇ ਹਨਾ, ਕਿਉਂਕਿ ਅਸੀਂ, ਮੈਂ ਤਾਂ ਆਪਦੀ ਪਰਸਨਲੀ ਗੱਲ ਕਰਾਂ, ਅਸੀਂ ਆਪ ਸਾਰੇ ਇਹਨਾਂ ਰਸਤਿਆਂ ਚੋਂ ਲੰਘੇ ਹੋਏ ਤਾਂ ਉਹ ਸਾਰੇ ਐਕਸਪੀਰੀਅੰਸ ਹੈਗੇ ਆ ਜੀ, ਤਾਂ ਬਸ ਸਮਝ ਆਵੇ ਸਮੇਂ ਨਾਲ ਤੇ ਸੰਗਤ ਹੀ ਬਦਲੇ। ਬਸ ਚੰਗੀ ਸੰਗਤ ਜਦੋਂ ਤੁਸੀਂ ਬੈਠਣ ਲੱਗ ਜਾਂਦੇ ਹੋ ਤਾਂ ਨੈਚੁਰਲੀ ਗੱਲ ਆ, ਤੁਹਾਡੀ ਜ਼ਿੰਦਗੀ 'ਚ ਚੇਂਜ ਓਵਰ ਆਉਂਦੇ ਆ, ਸਮੇਂ ਬਦਲਦੇ ਦੇਖੇ, ਮੈਂ ਤਾਂ ਆਪਦੇ ਆਪ ਬਦਲਦੇ ਦੇਖੇ ਆ। ਸੋ ਇਸ ਕਰਕੇ ਬਸ ਇਹੀ ਮਾਲਕ ਅੱਗੇ ਆ ਕਿ ਚੰਗੀ ਸੰਗਤ ਮਿਲਣ ਲੱਗ ਜੇ ਤੇ ਸਭ ਕੁਛ ਹੀ ਬਦਲ ਜਾਂਦਾ ਹੈ। ਜੇ ਕੁਛ ਤੁਹਾਡੀ ਜ਼ਿੰਦਗੀ 'ਚ ਮਾੜਾ ਵੀ ਚੱਲ ਰਿਹਾ ਤਾਂ ਉਹ ਵੀ ਬਦਲਦੇ, ਫਿਰ ਟਾਈਮ ਨਹੀਂ ਲੱਗਦਾ ਜੀ। ਬਿਲਕੁਲ ਬਿਲਕੁਲ, ਇੱਕ ਮੁਕਾਮ ਹੁੰਦਾ, ਜਿਵੇਂ ਤੁਸੀਂ ਉਸ ਮੁਕਾਮ ਦੇ ਉੱਤੇ ਅੱਜ ਪਹੁੰਚ ਚੁੱਕੇ ਕਿ ਉਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਕਿ ਅੱਜ ਕਨਵਰ ਗਰੇਵਾਲ ਕੀ ਹੈਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਕੀ ਹੋਰ ਕਰਨਾ ਚਾਹੁੰਦੇ ਆ? ਬਸ ਇਹ ਹੈ ਕਿ ਜੇ ਮਾਲਕ ਵੀਰ ਉਮਰ ਬਖਸ਼ਦਾ ਔਰ ਇਸ ਤਰ੍ਹਾਂ ਜਸ ਬਖਸ਼ਦਾ, ਹੁਣ ਮੈਨੂੰ ਪਤਾ ਨਹੀਂ ਕਿ ਇਹ ਕਦੋਂ ਤੱਕ ਚੱਲਣਾ ਸਿਲਸਿਲਾ। ਬਸ ਅਰਦਾਸ ਹੁੰਦੀ ਹੈ ਕਿ ਬਸ ਕੁਛ ਚੰਗਾ ਕਰਵਾਵੇ ਤੇ ਬਾਕੀ ਮੰਗ ਨਹੀਂ ਹੁਣ ਕੋਈ ਹੈਗੀ, ਹੁਣ ਮੰਗਦਿਆਂ ਨੂੰ ਤਾਂ ਸ਼ਰਮ ਆਉਂਦੀ ਹੈ ਕਿਉਂਕਿ ਜਿੰਨਾ ਕੁ ਸੋਚਿਆ ਸੀ, ਕਿਉਂਕਿ ਸੋਚਦਾ ਹਰ ਬੰਦਾ ਹੀ ਹੈ। ਮੈਂ ਐਵੇਂ ਆਖਾਂ ਕਿ ਮੇਰੇ ਕੁਛ ਪਲਾਨ ਨਹੀਂ ਸੀ, ਠੀਕ ਹੈ, ਮੈਂ ਕਈ ਵਾਰ ਇੱਕ ਚੱਲਦੇ ਵਹਾਅ 'ਚ ਕਹਿ ਦਿੰਦਾ ਉਹਨਾਂ ਕਿ ਕੁਛ ਇੱਦਾਂ ਨਹੀਂ ਸੀ, ਕਿਉਂਕਿ ਮੈਂ ਮਸ਼ਹੂਰ ਹੋਣ ਵਾਸਤੇ ਨਹੀਂ ਮੈਂ ਸਿੱਖਿਆ ਸੀ ਗਾਉਣਾ, ਪਰ ਬਸ ਇੱਦਾਂ ਕਿ ਇੱਕ ਮਨ 'ਚ ਚਾਜਾ ਜ਼ਰੂਰ ਹੁੰਦਾ ਸੀ ਕਿ ਸਟੇਜ 'ਤੇ ਗਾਈਏ ਜ਼ਰੂਰ, ਪਰ ਜਿੰਨਾ ਕੁ ਸੋਚਿਆ ਸੀ ਉਹ ਤੋਂ ਤਾਂ ਫਿਰ ਬਾਹਲੇ ਗੁਣਾ ਵੱਧ ਦੇ ਤਾ ਰੱਬ ਨੇ। ਠੀਕ ਹੈ, ਘਰ 'ਚ ਗਰੀਬੀ ਸੀ ਜਿਵੇਂ ਬੌਬੀ ਬਾਈ ਹੋਰਾਂ ਨੇ ਦੱਸਿਆ ਜੀ, ਤੇ ਪਰ ਉਹਦੇ ਲਈ ਵੀ ਇੰਨਾ ਨਹੀਂ ਮੰਗਿਆ ਸੀ ਕਿ ਜੀ ਠੀਕ ਹੈ ਮਾਲਕਾ ਗਰੀਬੀ ਹੈਗੀ ਹੈ ਪਰ ਮਾਂ ਬਿਮਾਰ ਹੈ ਬਸ ਉਹਦੀ ਦਵਾਈ ਜੋਗੇ ਪੈਸੇ ਦੇ ਦੇ ਤੇ ਪਿਓ ਥੋੜਾ ਜਿਹਾ ਕਰਜਾਈ ਹੈ ਬਸ ਉਹਦੇ ਵਾਸਤੇ ਪੈਸਾ ਟਕਾ ਜਾ ਮਾੜਾ ਜਿਹਾ ਦੇ ਦੇ, ਪਰ ਉਹਨੇ ਤਾਂ ਫਿਰ ਬਾਹਲੇ ਦਿੱਤੇ ਤੇ ਹੁਣ ਕੋਈ ਪਲਾਨ ਨਹੀਂ ਫਿਊਚਰ ਦਾ, ਕੋਈ ਮੰਗ ਨਹੀਂ ਹੈਗੀ ਉਹਦੇ ਅੱਗੇ। ਬਹੁਤ ਇਹ ਹੈ ਕਿ ਬਸ ਆਪਣੀ ਗਾਇਕੀ ਜ਼ਰੀਏ ਕੁਛ ਚੰਗੀ ਐਨਰਜੀ ਜੇ ਮੈਂ ਸਮਾਜ ਨੂੰ ਦੇ ਸਕਦਾ, ਮੇਰੀ ਜ਼ੁਬਾਨ 'ਚੋਂ ਕੋਈ ਨਿਕਲਿਆ ਹੋਇਆ ਲਫ਼ਜ਼ ਪੰਜਾਬ ਦੇ ਚੁੱਲ੍ਹਿਆਂ 'ਤੇ ਕੋਈ ਸੁੱਖ ਦਾ ਸੁਨੇਹਾ ਲੈ ਕੇ ਜਾ ਸਕਦਾ ਤਾਂ ਉਹਦੇ ਲਈ ਮੈਂ ਮਾਲਕ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੂੰਗਾ। ਕਿਆ ਬਾਤ ਹੈ, ਕਿਆ ਬਾਤ ਹੈ। ਸਾਡੇ ਨਾਲ ਕਾਲਰ ਜੁੜ ਚੁੱਕੇ ਜੀ, ਇੱਕ ਆਓ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਇਹ ਸਾਡੇ ਨਾਲ ਲਾਈਵ, ਸੋ ਆਓ ਉਹਨਾਂ ਦੇ ਵਿਚਾਰ ਜਾਣਦੇ ਆਪਾਂ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਹੈਲੋ ਭਾਈ ਜਗਜੀਤ ਸਿੰਘ ਜੀ, ਤੁਹਾਨੂੰ ਕਮਰ ਗਰੇਵਾਲ ਸਾਹਿਬ ਨੂੰ ਤੇ ਬੌਬੀ ਜੀ ਨੂੰ, ਤੁਹਾਡੇ ਸਟਾਫ ਨੂੰ, ਦਰਸ਼ਕਾਂ ਨੂੰ, ਭਾਈ ਗੁਰਦੇਵ ਸਿੰਘ ਭੁੱਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੁੱਗਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ? ਤੁਹਾਡੀ ਆਵਾਜ਼ ਨਹੀਂ ਸੁਣੀ ਦੇ ਜੀ ਸਰ। ਇਹ ਤੁਹਾਡੀ ਆਵਾਜ਼ ਸਾਨੂੰ ਬਿਲਕੁਲ ਕਲੀਅਰ ਸੁਣ ਰਹੀ ਹੈ ਜੀ, ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਭੁੱਗਲ ਸਾਹਿਬ? ਹਾਂਜੀ, ਹੈਲੋ, ਹਾਂਜੀ ਦਿਲਜੀਤ ਸਿੰਘ, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਜਿਹੜੀ ਆ ਸੁਣ ਰਹੇ ਹਾਂ ਅਸੀਂ, ਤੁਸੀਂ ਕੀ ਕਹਿਣਾ ਚਾਹੋਗੇ? ਜੀ ਜੀ ਜੀ, ਕੀ ਵਿਚਾਰ ਦੇਣਾ ਚਾਹੋਗੇ ਅੱਜ? ਜੀ ਬਿਲਕੁਲ,
ਬਿਲਕੁਲ 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 ਜੀ 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 ਬਿਲਕੁਲ ਜੀ ਬਿਲਕੁਲ ਜੀ 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 ਕੋਈ ਸ਼ੱਕ ਨਹੀਂ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਜੀ 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 ਬਹੁਤ ਧੰਨਵਾਦ ਜੀ 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 ਬਿਲਕੁਲ 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 ਠੀਕ ਹੈ ਜੀ ਠੀਕ ਹੈ ਜੀ 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 ਬਿਲਕੁਲ 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 ਬਹੁਤ ਧੰਨਵਾਦ ਭੋਗਲ ਸਾਹਿਬ ਧੰਨਵਾਦ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਸਰ ਭੋਗਲ ਸਾਹਿਬ ਜੀ ਹਮੇਸ਼ਾ ਸਾਡੇ ਨਾਲ ਜਿਹੜੇ ਜੁੜਦੇ ਨੇ ਅਤੇ ਅੱਜ ਖਾਸ ਤੌਰ ਦੇ ਉੱਤੇ ਗਰਵਾਲ ਭਾਅ ਜੀ ਬਾਰੇ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜੀ ਬਹੁਤ ਧੰਨਵਾਦ ਤੁਹਾਡਾ ਜੀ ਗਰਵਾਲ ਭਾਅ ਜੀ ਇੱਕ ਸਵਾਲ ਜਿਹੜਾ ਹੈਗਾ ਵੀ ਤੁਸੀਂ ਸਟੇਜ ਦੇ ਉੱਤੋਂ ਵੀ ਇਹ ਗੱਲ ਕਹੀ ਸੀ ਤੁਸੀਂ ਸ਼ੁਰੂ ਦੇ ਵਿੱਚ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੁੰਦੀਆਂ ਸੀ ਅਤੇ ਤੁਸੀਂ ਇੱਕ ਸਟੇਜ ਤੋਂ ਇਹ ਕਿਹਾ ਸੀ ਕਿ ਲਾ ਕੇ ਉਹ ਮਾਰੀਆਂ ਸੋ ਉਹ ਵਾਕਿਆ ਜਿਹੜਾ ਉਹ ਗੱਲਬਾਤ ਜਿਹੜੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਕਿ ਕਿਉਂ ਇਹ ਸੋਚ ਜਿਹੜੀ ਆ ਗਈ ਮਨ ਦੇ ਵਿੱਚ ਬਸ ਸੰਗਤ ਉਹੀ ਗੱਲ ਮੇਰਾ ਹਰ ਵਾਰੀ ਜਵਾਬ ਉਹੀ ਤੁਹਾਨੂੰ ਕਿ ਸੰਗਤ ਹੀ ਬਦਲੀ ਜੀ ਕਿਉਂਕਿ ਜਦੋਂ ਬੇਬੇ ਹੋਰਾਂ ਕੋਲ ਜਦੋਂ ਆਇਆ ਮੈਂ ਨਵਾਂ ਨਵਾਂ ਜਿਹਾ ਤਾਂ ਮੈਂ ਇੱਕ ਦਿਨ ਬੇਬੇ ਹੋਰਾਂ ਨੂੰ ਇੱਦਾਂ ਆਖਿਆ ਸੀ ਬੇਬੇ ਮੈਂ ਮੁੰਦਰਾਂ ਪਾਉਣੀਆਂ ਤਾਂ ਬੇਬੇ ਨੇ ਮੇਰੀ ਨੇ ਇੱਕ ਵਾਰੀ ਨਹੀਂ ਮੈਨੂੰ ਕਿਹਾ ਕਿ ਤੂੰ ਨਹੀਂ ਪਾਉਣੀਆਂ ਆਪਣੇ ਨੇੜੇ ਕੋਪਕਲਾ ਪਿੰਡ ਹੈ ਕਿਲੋਮੀਟਰ ਹੀ ਠੀਕ ਹੈ ਤਾਂ ਮੈਨੂੰ ਕਹਿੰਦੇ ਹੁਣੇ ਜਾਂ ਕੰਨ ਬਣਾਇਆ ਤਾਂ ਮੈਂ ਜਾ ਕੇ ਕੰਨ ਬਣਾਇਆ ਬੇਬੇ ਨੇ ਮੈਨੂੰ ਆਪ ਲਿਆ ਕੇ ਦਿੱਤੀਆਂ ਮੁੰਦਰਾਂ ਵੀ ਲਿਆ ਕੇ ਪਾਈਆਂ ਮੇਰੇ ਠੀਕ ਹੈ ਤਾਂ ਮੈਨੂੰ ਨਹੀਂ ਉਦੋਂ ਸਮਝ ਆਈ ਮੈਂ ਖੁਸ਼ ਸੀ ਕਿ ਮੈਂ ਬੇਬੇ ਨੇ ਇੱਕ ਵਾਰੀ ਵੀ ਮੈਨੂੰ ਐਂ ਨਹੀਂ ਆਖਿਆ ਯਾਰ ਚਲੋ ਸਮਾਂ ਲੰਘਿਆ ਮੇਰੇ ਖਿਆਲ ਸਾਲ ਕੁ ਰਹੀਆਂ ਉਹ ਠੀਕ ਹੈ ਇੱਕ ਦਿਨ ਮੈਂ ਦਿੱਲੀ ਪ੍ਰੋਗਰਾਮ ਤੋਂ ਆਇਆ ਕੁਟੀਆ ਆਪਣੇ ਨਾ ਮਾਰਨਿੰਗ ਟਾਈਮ ਦੀ ਕਲਾਸ ਹੁੰਦੀ ਹੈ ਸਿਮਰਨ ਦੀ 4 ਵਜੇ ਜੀ ਤਾਂ ਉਹਦੇ 'ਚ ਬਹੁਤ ਜ਼ਿਆਦਾ ਲੋਕ ਨਹੀਂ ਆਉਂਦੇ ਪਰ ਬੜੇ ਥੋੜ੍ਹੇ ਸੱਜਣ ਹੁੰਦੇ ਆ ਪਰ ਉਹੀ ਆਉਂਦੇ ਆ ਜਿਨ੍ਹਾਂ ਨੂੰ ਪਿਆਸ ਹੈ ਤਾਂ ਉਹ ਆ ਕੇ ਆਪਣਾ ਹਾਲ 'ਚ ਬੈਠ ਕੇ ਮੈਡੀਟੇਸ਼ਨ ਸਿਮਰਨ ਸ਼ੁਰੂ ਹੋ ਗਿਆ ਜੀ ਬੇਬੇ ਹੁਣੇ ਵੀ ਬੈਠੇ ਮਾਈਕ ਹੁੰਦਾ ਇੱਕ ਤੇ ਕਿਉਂਕਿ ਇੰਨੇ ਥੋੜ੍ਹੇ ਵੀ ਨਹੀਂ ਹੁੰਦੇ 50 ਕੁ ਜਣੇ ਹੁੰਦੇ ਆ ਉਹ ਸਾਰੇ ਠੀਕ ਹੈ ਜੀ ਅਤੇ ਬਿਲਕੁਲ ਨਾਲ ਕੁਟੀਆ 'ਚ ਮੈਂ ਆ ਕੇ ਮੈਨੂੰ ਦੁੱਧ ਪਿਆਤਾ ਬੇਬੇ ਨੇ ਅਤੇ ਮੈਂ ਫਿਰ ਸੌਣਾ ਸੀ ਕਿਉਂਕਿ ਸੁਬਾਹ ਥੱਕਿਆ ਆਇਆ ਸੀ ਦਿੱਲੀ ਜਦੋਂ ਮੈਂ ਸਿਰਾਣੇ ਦੇ ਸਿਰ ਰੱਖ ਕੇ ਅੱਖਾਂ ਬੰਦ ਕਰ ਲਈਆਂ ਤਾਂ ਉਸ ਦਿਨ ਉਹ ਜਪਜੀ ਸਾਹਿਬ ਦੇ ਵਿੱਚੋਂ ਉਹ ਪੰਕਤੀਆਂ ਸੀ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੇ ਬਪੂਤ ਉਹ ਸਿੱਧਾ ਨਾਲ ਗੋਸ਼ਟੀ ਵਾਲੀ ਐਕਸਪਲੇਨੇਸ਼ਨ ਉਹਦੇ ਬਾਰੇ ਗੱਲ ਚੱਲ ਰਹੀ ਸੀ ਤਾਂ ਬੇਬੇ ਹੁਣੇ ਉਹ ਕਹਿ ਰਹੇ ਸੀ ਕਿ ਜਦੋਂ ਪਾਤਸ਼ਾਹ ਨੇ ਕਿਹਾ ਕਿ ਮੇਰੇ ਕੋਲ ਸਬਰ ਦੀਆਂ ਸੰਤੋਖ ਦੀਆਂ ਮੁੰਦਰਾਂ ਨੇ ਤਾਂ ਉਹ ਹੁਣ ਨੀਂਦ ਆ ਰਹੀ ਸੀ ਕੱਚੀ ਜਿਹੀ ਨੀਂਦ ਦੇ ਵਿੱਚ ਉਹ ਸਾਰਾ ਕੁਝ ਸੁਣ ਰਿਹਾ ਸੀ ਮੈਨੂੰ
ਤਾਂ ਉਹ ਸੁਣਦਿਆਂ ਸੁਣਦਿਆਂ ਹੁਣ ਗੱਲ ਤਾਂ ਉਹੀ ਸੀ ਕਿ ਜਦੋਂ ਹੁਣ ਗੁਰਬਾਣੀ ਤੇ ਮੈਂ ਕੀ ਕਵਾਂ ਕਿ ਮੇਰੀਆਂ ਮੁੰਦਰਾਂ ਸਹੀ ਤੇ ਨਹੀਂ ਵੀ ਗੁਰਬਾਣੀ ਝੂਠੀ, ਇਹ ਤਾਂ ਹੋ ਨਹੀਂ ਸਕਦਾ। ਉਹ ਤਾਂ ਹੁਣ ਜੋ ਉਹਨਾਂ ਨੇ ਕਹਿਤਾ ਉਹ ਤਾਂ 100% ਰਾਈਟ ਹੀ, ਬਿਲਕੁਲ ਬਿਲਕੁਲ, ਸਵਾਲ ਤਾਂ ਹੈ ਨਹੀਂ ਨਾ ਕੋਈ, ਕੱਲੇ ਜਵਾਬ ਹੀ ਨੇ ਜੀ। ਤੇ ਉਹ ਨਾਲ ਦੀ ਨਾਲ ਆਪਾਂ ਤਾਂ ਉੱਠ ਖੜੇ, ਫਿਰ ਮੈਂ ਲਾ ਕੇ ਤੇ ਫੜਾਤੀਆਂ ਬੇਬੇ ਨੂੰ, ਬੇਬੇ ਆਹ ਚੱਕ ਫਿਰ ਆਪਾਂ ਨਹੀਂ ਚਾਹੀਦੀਆਂ। ਤਾਂ ਉਹਦੇ ਫਿਰ ਬੇਬੇ ਨੇ ਮੈਨੂੰ ਗੱਲ ਨਾਲ ਆਇਆ, ਸਾਰਾ ਸਤਸੰਗ ਉਹਨਾਂ ਨੇ ਫਿਰ ਮੇਰੇ ਤੇ ਕੀਤਾ ਜੀ। ਕਹਿੰਦੇ ਜੇ ਇਹਨੂੰ ਮੈਂ ਉਸ ਦਿਨ ਰੋਕਦੀ ਤੈਨੂੰ ਮੈਂ ਜੇ ਉਦੇ ਕਹਿੰਦੀ ਵੀ ਨਹੀਂ ਪੁੱਤ ਇਹ ਨਹੀਂ ਪਾਉਣੀ ਆਪਾਂ, ਬਿਲਕੁਲ, ਤਾਂ ਕਹਿੰਦੀ ਸਾਰਾ ਉਮਰ ਹੋ ਸਕਦਾ ਤੇਰੇ ਮਨ 'ਚ ਇੱਕ ਸਵਾਲ ਜਿਹਾ ਰਹਿਣਾ ਸੀ, ਪਤਾ ਨਹੀਂ ਬੇਬੇ ਨੇ ਕਿਉਂ ਰੋਕਤਾ। ਅੱਜ ਹੁਣ ਕਹਿੰਦੀ ਤੂੰ ਉਸ ਪ੍ਰੋਸੈਸ 'ਚੋਂ ਲੰਘ ਗਿਆ, ਸਾਰੀ ਉਮਰ ਨਹੀਂ ਪਾਏਗਾ ਜੀ ਜੀ ਜੀ, ਹਨਾ ਕਿਸੇ ਹੋਰ ਨੂੰ ਵੀ ਕਹੇਗਾ ਕਿ ਯਾਰ ਜੇ ਪਾਉਣੀਆਂ ਤਾਂ ਫਿਰ ਸਬਰ ਸੰਤੋਖ ਦੀਆਂ ਪਾਲਣਾ ਜਿਹੜੇ ਸਾਡੇ ਪਾਤਸ਼ਾਹ ਕਹਿੰਦੇ ਜੀ ਜੀ ਜੀ। ਤਾਂ ਬਸ ਉਹੀ ਸੰਗਤ ਹੀ ਬਦਲੀ ਤਾਂ ਖਿਆਲ ਹੀ ਜਾਣੀ ਨੈਗੇਟਿਵ ਤੋਂ ਪੋਜ਼ਿਟਿਵ ਹੋਇਆ ਜੀ, ਤੇ ਉਸ ਚੀਜ਼ 'ਚੋਂ ਲੰਘਾਇਆ ਮਾਲਕ ਨੇ। ਠੀਕ ਹੈ ਜੀ, ਠੀਕ ਹੈ ਜੀ। ਸੋ ਇਹ ਵੀ ਇੱਕ ਕਹਿ ਸਕਦੇ ਕਿ ਮਿਸਾਲ ਸਾਡੇ ਦਰਸ਼ਕ ਸਾਡੇ ਨੌਜਵਾਨ ਵੀ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਵੀ ਇਹ ਇੱਕ ਮਿਸਾਲ ਹੈਗੀ ਆ, ਅਤੇ ਤੁਸੀਂ ਵੀ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਅਤੇ ਹੌਲੀ ਹੌਲੀ ਜਿਹੜਾ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣਾ ਸ਼ੁਰੂ ਕਰ ਦਿਓ। ਇੱਕ ਕਾਲ ਆਪਾਂ ਲਵਾਂਗੇ ਜੀ, ਉਸ ਤੋਂ ਬਾਅਦ ਮੈਂ ਚਾਹੂੰਗਾ ਕਿ ਦਰਸ਼ਕ ਜਿਹੜੇ ਹੈਗੇ ਆ ਕਾਲ ਕਰ ਰਹੇ ਉਹ ਰਿਸੈਪਸ਼ਨ ਦੇ ਉੱਤੇ ਆਪਣਾ ਕੁਐਸਚਨ ਕੋਈ ਹੋਵੇ ਤਾਂ ਉਹ ਜ਼ਰੂਰ ਦੱਸ ਦੇਣ, ਅਤੇ ਕਾਲਸ ਜ਼ਿਆਦਾ ਆਪਾਂ ਲੈ ਨਹੀਂ ਸਕਾਂਗੇ, ਇੱਕ ਕਾਲ ਆਪਾਂ ਲੈ ਲੈਂਦੇ ਹਾਂ। ਹੈਲੋ, ਹੈਲੋ ਜੀ, ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਕੀ ਹਾਲ ਚਾਲ ਹੈ ਜੀ ਤੁਹਾਡੇ? ਵਾਹਿਗੁਰੂ ਜੀ ਕੀ ਫਤਿਹ ਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਕਹਿਣਾ ਚਾਹੁੰਦਾ ਕੰਬਲ ਤੇਰੀ ਆਵਾਜ਼ ਦੇ ਵਿੱਚੋਂ ਬਿਠਾਉਂਦੇ ਪਿੰਡ ਦੀ ਮੁਸਕ ਆ ਰਹੀ ਹੈ ਤੇ ਬਹੁਤ ਵਧੀਆ ਸਮੈਲ ਆ ਰਹੀ ਹੈ। ਖੇਡਦੇ ਹੁੰਦੇ ਸੀ ਨਾ ਗੁੱਲੀ ਡੰਡੇ, ਖੇਡਦੇ ਹੁੰਦੇ ਸੀਗੇ ਜੀ, ਮੇਰਾ ਪਿੰਡ ਵੈਸੇ ਅਸੀਂ ਬਠਿੰਡੇ ਆ ਜੀ ਹੁਣ ਪਿਛਲੇ ਦਾਦਾ ਜੀ ਦੇ ਟਾਈਮ ਤੋਂ ਜੀ। ਹਾਂਜੀ, ਪਰ ਅਸੀਂ ਰਾਏਪੁਰ ਤੋਂ ਹੀ ਗਏ ਹਾਂ ਜੀ, ਕਿਲਾ ਰਾਏਪੁਰ ਤੋਂ ਹੀ ਗਏ। ਜੀ ਬਿਲਕੁਲ, ਠੀਕ ਹੈ ਜੀ। ਠੀਕ ਹੈ, ਜਰੂਰ ਜੀ ਜੀ ਜੀ, ਜਰੂਰ ਭੇਜਾਂਗੇ ਜੀ, ਜਰੂਰ ਭੇਜਾਂਗੇ, ਜਰੂਰ ਜਰੂਰ। ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗਰੇਵਾਲ ਭਾਜੀ, ਇੱਕ ਫਰਮਾਇਸ਼ ਆਈ ਹੈ ਜੀ। ਜੀ ਹਾਂਜੀ ਹਾਂਜੀ, ਲਾਜ਼ਮੀ ਜੀ, ਉਹ ਮਾਵਾਂ ਲਈ ਹਮੇਸ਼ਾ ਹੀ ਉਹ ਲਫ਼ਜ਼ ਸੁਣ ਲੈਂਦੀਆਂ ਮਾਵਾਂ ਵੀ ਹਾਲ 'ਚ ਵੀ ਕਹਿ ਕੇ ਜੀ, ਕਿ ਜਿੰਨਾ ਕੋਲੇ ਮਾਵਾਂ ਹੈ ਨੀ ਉਹ ਪੁੱਛੀ ਦੁੱਖ ਸੋਹਣਿਆ, ਉਹ ਛਾ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ, ਬੰਦਾ ਰੋਂਦਾ ਪਿੱਛੋਂ ਵੇਖ ਵੇਖ ਥਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ, ਉਹ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ ਹੋ ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਦਿਲ ਤੱਕ ਘਰ ਕਰਦੀ ਹੈ ਹਰ ਇੱਕ ਜਿਹੜਾ ਇੱਕ ਲਫ਼ਜ਼ ਜਿਹੜਾ ਹੈਗਾ, ਬਹੁਤ ਹੀ। ਸੋ ਅੰਕਲ ਜੀ, ਤੁਹਾਡੀ ਫਰਮਾਇਸ਼ ਵੀ ਜਿਹੜੀ ਆ ਪੂਰੀ ਹੋ ਚੁੱਕੀ ਹੈ ਜੀ, ਅਤੇ ਬੋਬੀ ਭਾਅ ਜੀ ਕੀ ਐਡ ਕਰਨਾ ਚਾਹੋਗੇ ਗੱਲਬਾਤ ਦੇ ਵਿੱਚ? ਭਾਅ ਜੀ ਆਪਾਂ ਐਡ ਕਰਨਾ ਚਾਹੁੰਦੇ, ਆਪਾਂ ਜ਼ਰੂਰ ਯੂਨੋ ਵੀਰ ਦੀ ਸੰਗਤ ਕਰਕੇ ਸਾਨੂੰ ਆਪ ਨੂੰ ਮਹਿਸੂਸ ਹੋਇਆ, ਸਮਟਾਈਮਸ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਆਹ ਗੁਰਦੁਆਰਿਆਂ ਦੇ ਵਿੱਚ ਨਹੀਂ ਹੁੰਦੀਆਂ, ਸਾਡੇ ਯੰਗਸਟਰਸ ਨੂੰ ਨਹੀਂ ਸਮਝ ਲੱਗਦੀ। ਆਪਾਂ ਇਸ ਟਾਈਮ ਦੇ ਵਿੱਚ ਨੰਗੇ ਆ, ਜਦੋਂ ਆਪਾਂ ਸਿਰਫ ਗੁਰਦੁਆਰੇ ਨੂੰ ਜਾਂਦੇ ਸੀਗੇ ਪ੍ਰਸ਼ਾਦ ਨਾਲੇ ਖੀਰ ਖਾਣ। ਸਾਰੀ ਮੈਂ 20 ਸਾਲ ਇੰਦਾ ਆਪਣੀ ਜ਼ਿੰਦਗੀ ਕੱਟੀ, ਮੈਨੂੰ ਨਹੀਂ ਪਤਾ ਸੀਗਾ ਮੈਂ ਕਾਹ ਤੋਂ ਮੱਥਾ ਟੇਕਦਾ ਸੀਗਾ, ਮੈਨੂੰ ਇੰਨਾ ਵੀ ਨਹੀਂ ਪਤਾ ਸੀਗਾ ਗੁਰੂ ਗ੍ਰੰਥ ਸਾਹਿਬ ਹੈ ਕਿ ਕਿਹੜੀ ਚੀਜ਼। ਯੂਨੋ ਮੈਂ ਆਪਾਂ ਯੂਨੋ ਸਾਨੂੰ ਕਦੇ ਪੂਰਾ ਸਿਖਾਇਆ ਨਹੀਂ ਸੀਗਾ, 2 ਪੀੜੀਆਂ ਗੋਲਕ ਦੇ ਵਿੱਚ ਪਾਉਣੀਆਂ, ਮੱਥਾ ਟੇਕ ਕੇ ਬਹਿ ਜਾਣਾ, ਖੀਰ ਖਾ ਕੇ ਆ ਜਾਣਾ। ਪਰ ਸਮਟਾਈਮਸ ਜਦੋਂ ਬੰਦੇ ਦੀ ਸੰਗਤ ਚੇਂਜ ਹੁੰਦੀ, ਆਪਣੂੰ ਸੱਟ ਲੱਗੀ ਸੀਗੀ 2008 ਦੇ ਵਿੱਚ, ਜਦੋਂ ਸਭ ਕੁਛ ਵਿੱਚ ਇੱਕ ਰੱਬ ਆਇਆ ਸੀਗਾ, ਨਾਲੇ ਜਦੋਂ ਆਪਾਂ ਸੰਗਤ ਸਹੀ ਕੀਤੀ, ਸੰਤਾਂ ਨੇ ਬਾਬਾ ਜਗਜੀਤ ਸਿੰਘ ਹਰਕੋ ਵਾਲਿਆਂ ਨੇ ਸੰਗਤ ਦੇ ਵਿੱਚ ਕਿਹਾ ਸੀਗਾ ਆਪਣੀ ਦਾੜੀ ਰੱਖ,
50 ਬੰਦੇ ਉੱਥੇ ਸੰਗਤ ਦੇ ਵਿੱਚ ਗੁਰੂ ਹਰਿਰਾਇ ਗੁਰਦੁਆਰੇ ਸਾਹਿਬ ਬੈਠੇ ਸੀਗੇ ਉਹ ਸੰਗਤ ਕਰਕੇ ਉਹਨਾਂ ਨੇ ਉਦੋਂ ਹੀ ਉੱਥੇ ਉਹਨੇ ਜਿਹੜਾ ਫਤਿਹ ਜਗਾੜ ਦਿੱਤੀ ਪ੍ਰਸ਼ਾਦ ਦਿੱਤਾ ਮੈਂ ਕਿਹਾ ਬਾਬਾ ਜੀ ਮੈਂ ਦਾੜੀ ਰੱਖਦਾ ਲੋਕ ਕਹਿੰਦੇ ਬੋਬੀ ਤੂੰ ਦਾੜੀ ਰੱਖੀ ਆ ਮੀਟ ਕਾਹਤੋਂ ਖਾਂਦਾ ਬਹਾਨਾ ਬਣਿਆ ਮੀਟ ਛੱਡ ਦਿੱਤਾ ਗੱਲ ਆਉਂਦੀ ਆਸ਼ਰਮ ਦੇ ਉੱਤੇ ਡੇਰਿਆਂ ਦੇ ਉੱਤੇ ਉੱਥੇ ਆਪਾਂ ਇੰਡੀਆ 2009 ਦੇ ਵਿੱਚ ਆਪਾਂ ਇੰਡੀਆ ਟਰੈਵਲ ਕੀਤਾ ਨਾਲੇ ਉੱਥੇ ਇੱਕ ਆਸ਼ਰਮ ਆ ਸਾਊਥ ਇੰਡੀਆ ਦੇ ਵਿੱਚ ਜੀ ਨਾਲੇ ਉੱਥੇ ਮੈਨੂੰ ਗੋੜੇ ਲੈ ਕੇ ਗਏ ਸੀਗੇ ਉਹ ਕਹਿੰਦੇ ਬੋ ਵੀ ਆ ਆਸ਼ਰਮ ਦੇਖ ਉਸ ਆਸ਼ਰਮ ਦੇ ਵਿੱਚ ਆਪਾਂ ਆਂਡੇ ਮੀਟ ਮੱਛੀ ਸਾਰਾ ਛੱਡ ਦਿੱਤਾ ਇੱਕ ਵੀਕ ਆਸ਼ਰਮ ਦੇ ਵਿੱਚ ਸੀਗਾ ਉੱਥੇ ਇੱਕ ਲੇਡੀ ਆ ਨਾਲੇ ਉਸ ਲੇਡੀ ਜਿੰਦਾ ਉਹ ਲੋਕਾਂ ਨੂੰ ਜੱਫੀਆਂ ਪਾ ਕੇ ਮਿਲਦੀ ਉਹਨੂੰ ਮਾਂ ਕਹਿੰਦੇ ਆ ਸੋ ਉਹਨੂੰ ਦੇਖਣਾ ਚਾਹੀਦਾ ਮਿਲੀਅਨ ਮਿਲੀਅਨ ਲੋਕ ਉਹਦੇ ਫੋਲੋ ਕਰਦੇ ਉਹ ਉਹਨੇ ਸਟੇਜ ਦੇ ਉੱਤੇ ਬਹਿਣਾ ਨਾਲੇ ਲਾਈਨਾਂ ਲੱਗੀਆਂ 2 ਕਿਲੋਮੀਟਰ ਦੀਆਂ ਲੋਕਾਂ ਨੇ ਸਿਰਫ ਉਹਦੇ ਨਾਲ ਜੱਫੀ ਪਾਉਣੀ ਆ ਉਹਨੇ ਮੇਰੇ ਵੱਲ ਦੇਖਿਆ ਨਾਲੇ ਉਹ ਹੱਸੀ ਨਾਲੇ ਉਹਨੇ ਜੱਫੀ ਪਾ ਕੇ ਮੇਰੇ ਨਾਲ ਮਿਲੀ ਨਾਲੇ ਉਹਨੇ ਆਪਣੀ ਸੰਗਤ ਨੂੰ ਸਾਰਿਆਂ ਨੂੰ ਦੱਸਿਆ ਦੇਖੋ ਇੱਥੇ ਗੁਰਸਿੱਖ ਬੰਦਾ ਆਇਆ ਉਹਨਾਂ ਨੇ ਇੰਦਾ ਨਹੀਂ ਮੈਨੂੰ ਕਿਹਾ ਸੀਗਾ ਉਸ ਆਸ਼ਰਮ ਦੇ ਵਿੱਚ ਤੂੰ ਸਾਦਾ ਬਣ ਜਾ ਉਹ ਪੂਜਾ ਕਰਦੇ ਸੀਗੇ ਆਪਣੀ ਯੂਨੋ ਜਿੰਦਾ ਵੀ ਕਰਦੇ ਸੀਗੇ ਮੈਂ ਉੱਥੇ ਬਹਿ ਗਿਆ ਨਾਲੇ ਮੈਂ ਆਪਣੇ ਆਪ ਨੂੰ ਕਿਹਾ ਮੇਰਾ ਇੱਕ ਗੁਰੂ ਆ ਅਕਾਲ ਪੁਰਖ ਮੈਂ ਉਹਦਾ ਬਣਿਆ ਉਹਨਾਂ ਨੇ ਇੰਦਾ ਨਹੀਂ ਕੀਤਾ ਉਹਨਾਂ ਨੇ ਇੰਦਾ ਨਹੀਂ ਕਿਹਾ ਸਾਦੇ ਆਸ਼ਰਮ ਦੇ ਵਿੱਚ ਆ ਕੇ ਸਾਦਾ ਬਣ ਗਿਆ ਉਹਨਾਂ ਨੇ ਸਾਦਾ ਇੰਨਾ ਰਿਸਪੈਕਟ ਨਾਲ ਸਤਿਕਾਰ ਕੀਤਾ ਮੈਂ ਉਦੋਂ ਆਪਣਾ ਗੁਰੂ ਦਾ ਪੂਰਾ ਬਣ ਗਿਆ ਉਦੋਂ ਮੈਂ ਕਈ ਚੀਜ਼ਾਂ ਛੱਡ ਕੇ ਆਇਆ ਨਾਲੇ ਮੇਰੀ ਉਦੋਂ ਜਿਹਨੇ ਹੁਣ ਮੋੜੇ ਮੇਰੀ ਵਾਈਫ ਬਣ ਗਈ ਸੀਗੀ ਉਹਨਾਂ ਨੇ ਵੀ ਕਿਹਾ ਸੀਗਾ ਉਹ ਵੀ ਇਸ ਚੀਜ਼ ਦੇ ਵਿੱਚ ਮੈਂ ਬਹੁਤ ਲਾਈਕ ਕਰਦੀ ਆ ਪਸੰਦ ਕਰਦੀ ਆ ਦਿਲਜੀਤ ਭਾਜੀ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਉਹਨਾਂ ਨੇ ਕਮਰਸ਼ੀਅਲ ਚੀਜ਼ ਬਣਾਈ ਉੱਥੇ ਮਿਲੀਅਨ ਮਿਲੀਅਨ ਲੋਕ ਜੁੜੇ ਆ ਸਾਦੇ ਗੁਰਦੁਆਰੇ ਖਾਲੀ ਪਏ ਆ ਉੱਥੇ ਕੋਈ ਜਣਾ ਆ ਕੇ ਮੱਥਾ ਵੀ ਨਹੀਂ ਟੇਕਦਾ ਕਰਕੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਇੱਥੇ ਆ ਕੇ ਮੱਥਾ ਕਾਹਤੋਂ ਟੇਕੀ ਹੈ ਜਿਹਨਾਂ ਨੇ ਇਹਨਾਂ ਦੇ ਆਸ਼ਰਮ ਬਣਾਏ ਡੇਰੇ ਬਣਾਏ ਉਹਨਾਂ ਨੇ ਲੋਕਾਂ ਨੂੰ ਕਹਿਲਿਆ ਆ ਜਾਓ ਆ ਜਾਓ ਆ ਜਾਓ ਸਾਨੂੰ ਪਤਾ ਤੁਸੀਂ ਕਿਹੜੀ ਚੀਜ਼ ਚਾਹੁੰਦੇ ਆ ਸਾਡੇ ਸਿੱਖਾਂ ਦੇ ਕੋਲ ਨਹੀਂ ਸਮਝਾ ਆਈ ਆਹ ਜਿਹੜਾ ਕੋਨਸੈਪਟ ਆ ਗੁਰੂ ਨਾਨਕ ਦੇਵ ਜੀ ਦਾ ਜੇ ਆਪਾਂ ਸਮਝਾ ਦਿੰਦੇ ਅੱਜ ਸਾਡੇ ਗੁਰਦੁਆਰੇ ਸਾਰੇ ਫੁੱਲ ਹੁੰਦੇ ਜੀ ਪਰ ਆਪਾਂ ਇੰਦਾ ਕੀਤਾ ਆਪਾਂ ਗੋੜਿਆਂ ਵਾਂਗ ਸਿਸਟਮ ਗੁਰਦੁਆਰਿਆਂ ਦਾ ਇੰਦਾ ਚਲਾਇਆ ਸੰਡੇ ਵਾਲੇ ਦਿਨ ਆ ਕੇ ਮੱਥਾ ਟੇਕਿਆ ਕਰੋ ਦੂਸਰੇ ਛੇ ਦਿਨ ਇੱਥੇ ਬੀਬੀਆਂ ਨਾਲੇ ਬਜ਼ੁਰਗ ਬੰਦਿਆਂ ਨੇ ਬਹਿਣਾ ਇੱਥੇ ਯੰਗਸਟਰ ਨਹੀਂ ਆਉਂਦੇ ਲੋਕ ਸੋ ਜਦੋਂ ਆਪਾਂ ਕਨਵਾਰ ਭਾਜੀ ਦੇ ਨਾਲ ਆਪਾਂ ਬੈਠੇ ਆ ਸਾਨੂੰ ਮਹਿਸੂਸ ਹੁੰਦਾ ਜਿੱਥੇ ਵੀ ਇਹਨਾਂ ਨੇ ਜਾਣਾ ਜਿੱਥੇ ਵੀ ਇਹਨਾਂ ਨੇ ਸਟੇਜਾਂ ਦੇ ਉੱਤੇ ਗੱਲਾਂ ਕਰਨੀਆਂ ਉੱਥੇ ਸਾਡੀ ਨੈਕਸਟ ਪੀੜ੍ਹੀ ਨੇ ਆਹ ਗੱਲ ਸੁਣ ਕੇ ਮੈਂ ਵੀ ਉਹਨਾਂ ਨੇ ਕਹਿਣਾ ਇਹ ਗੱਲਾਂ ਆਉਂਦੀਆਂ ਕਿੱਥੋਂ ਆ ਅਨ ਕਨਵਾਰ ਭਾਜੀ ਨੇ ਕਹਿਣਾ ਅਕਾਲ ਪੁਰਖ ਤੋਂ ਫਿਰ ਉਹਨਾਂ ਨੇ ਕਹਿਣਾ ਅਕਾਲ ਪੁਰਖ ਹੈਗੀ ਕਿਹੜੀ ਚੀਜ਼ ਸ਼ਖਸੀਅਤ ਕਿਹੜੀ ਆ ਮੈਂ ਵੀ ਉਹਨਾਂ ਨੇ ਜਾ ਕੇ ਗੁਰਦੁਆਰੇ ਜੁੜ ਜਾਣਾ ਸੰਗਤ ਕਰਨੀ ਆ ਨਾਲੇ ਸਾਡੀ ਗੁਰਦੁਆਰੇ ਦੀ ਜਾਂ ਕਮੇਟੀਆਂ ਨੂੰ ਵੀ ਪਤਾ ਹੋਣਾ ਚਾਹੀਦਾ ਜੇ ਤੁਸੀਂ ਗੁਰਦੁਆਰੇ 7 ਦੇ 7 ਦਿਨ ਖੋਲਦੇ ਆ ਇਹਦਾ ਮਤਲਬ ਸਿਰਫ ਡੋਰ ਖੋਲਣ ਦਾ ਨਹੀਂ ਹੁੰਦਾ ਕੁਛ ਸਿਖਾਵੋ ਵੀ ਬਿਲਕੁਲ ਕੁਛ ਦੱਸੋ ਵੀ ਜੋੜੋ ਸੰਗਤਾਂ ਨੂੰ 7 ਦੇ 7 ਦਿਨ ਜੋੜੋ ਇੱਥੇ ਅੱਜ ਬਹੁਤ ਜ਼ਰੂਰਤ ਆ ਤੁਸੀਂ ਕਹਿੰਦੇ ਸਾਡੇ ਭਵਿੱਖ ਤੋਂ ਨਿਆਣੇ ਆਫ ਹੋ ਗਏ ਹੋਰ ਚੀਜ਼ਾਂ ਦੇ ਵਿੱਚ ਪੈ ਗਏ ਪੇ ਕਾਹਤੋਂ ਗਲਤੀ ਸਾਦੀ ਆ ਸਮਝਾਉਣ ਦੀ ਗੱਲ ਸਾਦੀ ਆਪਣੀ ਸੀਗੀ ਕਨਵਾਰ ਭਾਜੀ ਇੰਡੀਆ ਤੋਂ ਆ ਕੇ ਸਾਨੂੰ ਸਮਝਾਉਂਦੇ ਆ ਨਾਲੇ ਗੁਰਦੁਆਰਿਆਂ ਦੇ ਵਿੱਚ ਨਹੀਂ ਬਾਹਰ ਕੌਂਸਰਟ ਹਾਲਾਂ ਦੇ ਵਿੱਚ ਸਮਝਾਉਂਦੇ ਆ ਮੈਂ ਵੀ ਇਹਨਾਂ ਦੀ ਗੱਲ ਦੇ ਉੱਤੇ ਸਾਨੂੰ ਥੋੜ੍ਹਾ ਬਹੁਤਾ ਪਹਿਰਾ ਦੇਣਾ ਚਾਹੀਦਾ ਗੱਲ ਵੀ ਗੁਰੂ ਦੀ ਆ ਬਿਲਕੁਲ ਤਦੀ ਆਪਾਂ ਸਪੋਰਟ ਕੀਤੀ ਆਪਣੇ ਵੀਰ ਦੀ ਦੈਟਸ ਅ ਰੀਜ਼ਨ ਬਿਲਕੁਲ ਬਿਲਕੁਲ ਜੀ ਅੱਛੀ ਗਾਇਕੀ ਨੂੰ ਅੱਛੇ ਗਾਇਕਾਂ ਨੂੰ ਪ੍ਰਮੋਟ ਕਰਨਾ ਜਿਹੜਾ ਅੱਜ ਸਾਡੀ ਸਮੇਂ ਦੀ ਮੁੱਖ ਲੋੜ ਹੈਗੀ ਆ ਜਦੋਂ ਬਾਹਰ ਬੈਠੇ ਹੋਏ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਪ੍ਰਮੋਟਰ ਜਿਹੜੇ ਨੇ ਇਹ ਔਰਗਨਾਈਜ਼ ਕਰਦੇ ਨੇ ਜਿਹੜੇ ਇਹ ਸਾਰੇ ਸ਼ੋਜ਼ ਅਤੇ ਉਹਨਾਂ ਨੂੰ ਉਹਨਾਂ ਦੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਕੀ ਪਰੋਸ ਰਹੇ ਹੋ ਸੋ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਆ ਬਹੁਤ ਖਾਸ ਖਿਆਲ ਰੱਖ ਕੇ ਹੀ ਇਹ ਸਾਰਾ ਕੁਛ ਕਰਨਾ ਚਾਹੀਦਾ ਗਰੇਵਾਲ ਭਾਅ ਜੀ ਜਿਵੇਂ ਹੁਣ ਪੰਜਾਬ ਹੈ ਇੱਕ ਹੱਬ ਉੱਥੇ ਵੀ ਆਮ ਨੌਜਵਾਨਾਂ ਦੇ ਵਿੱਚ ਹੈ ਕਿ ਅਸੀਂ ਗਾਇਕੀ ਦੇ ਖੇਤਰ ਦੇ ਵਿੱਚ ਆਉਣਾ ਉਹਦੇ ਨਾਲ ਨਾਲ ਇੰਗਲੈਂਡ ਵੀ ਇੱਕ ਇਹੋ ਜਿਹਾ ਮੁਲਕ ਹੈ ਇੱਥੇ ਵੀ ਨੌਜਵਾਨ ਜਿਹੜੇ ਆ ਪੰਜਾਬੀ ਗਾਇਕੀ ਵੱਲ ਬਹੁਤ ਉਹਨਾਂ ਦਾ ਰੁਝਾਨ ਹੈਗਾ ਸੋ ਮਿਊਜ਼ਿਕ ਜੇ ਪੰਜਾਬ ਤੋਂ ਬਾਅਦ ਕਹੀਏ ਤਾਂ ਇੰਗਲੈਂਡ ਦਾ ਜ਼ਿਆਦਾ ਜਿਹੜਾ ਹੈਗਾ ਸੋ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਉਹ ਨੌਜਵਾਨਾਂ ਨੂੰ ਜਿਹੜੇ ਗਾਇਕੀ ਦੇ ਖੇਤਰ 'ਚ ਆਉਣਾ ਚਾਹੁੰਦੇ ਨੇ ਕਿਉਂਕਿ ਅੱਜ ਇਹ ਵੀ ਹੋ ਰਿਹਾ ਕਿ ਬਿਨਾਂ ਰਿਆਜ਼ ਤੋਂ ਬਿਨਾਂ ਆਵਾਜ਼ ਤੋਂ ਤੁਸੀਂ ਮਸ਼ੀਨੀ ਜਿਹੜੀ ਆਵਾਜ਼ ਦੇ ਨਾਲ ਗਾ ਰਹੇ ਹੋ ਅਤੇ ਉਹਦਾ ਫਿਰ ਇਹ ਹੁੰਦਾ ਵੀ ਇੱਕ ਅੱਧਾ ਗਾਣਾ ਗਾ ਕੇ ਘਰਦਿਆਂ ਦੇ ਪੈਸੇ ਖਰਾਬ ਕਰਕੇ ਅਤੇ ਉਸ ਤੋਂ ਬਾਅਦ ਸਾਰਾ ਕੁਛ ਖਤਮ ਹੋ ਜਾਂਦਾ ਬਸ ਚੰਗਾ ਗਾਓ ਮੇਰੇ ਪਿਓ ਨੇ ਮੈਨੂੰ ਇੱਕ ਗੱਲ ਕਹੀ ਸੀ 6th class ਸੀ ਉਦੋਂ ਮੈਂ ਕਮਰੇ ਦੀ ਕੁੰਡੀ ਲਾ ਕੇ ਚੋਰੀਓ ਹੁਣ ਉਹ ਖੇਤੀਬਾੜੀ ਵਾਲਾ ਪਰਿਵਾਰ ਸੀ ਸੰਘ ਸ਼ਰਮ ਜੀ ਵਾਲਾ ਸੀ ਥੋੜ੍ਹਾ ਉਹ ਚੋਰੀਆਂ ਜਿਹਾ ਗਾਉਂਦਾ ਨੱਚਦਾ ਹੁੰਦਾ ਸੀ ਮੈਂ ਡੈਕ 'ਚ ਰੀਲ ਪਾ ਕੇ ਤਾਂ ਜਿਸ ਦਿਨ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੇਖਿਆ ਸੀ ਇੱਦਾਂ
ਮੇਰੇ ਯਾਦ ਹੈ ਸ਼ਾਮ ਨੂੰ ਮੇਰੀ ਮਾਂ ਚੌਂਤਰੇ 'ਤੇ ਰੋਟੀਆਂ ਲਾਉਂਦੀ ਸੀ ਅਤੇ ਉਹ ਕੁੰਡਾ ਜਿਹੜਾ ਘੋਟਾ ਚਟਨੀ ਕੁੱਟਣ ਵਾਲਾ ਹੁੰਦਾ ਉਹਦੇ 'ਤੇ ਮੈਂ ਥਾਰ ਰੱਖ ਕੇ ਖਾਂਦਾ ਹੁੰਦਾ ਸੀ ਪੂਜੇ ਬਹਿ ਕੇ ਬਚਪਨ ਦੀਆਂ ਗੱਲਾਂ ਮੇਰੇ ਪਿਓ ਨੇ ਇੱਕ ਗੱਲ ਆਖੀ ਸੀ ਕਹਿੰਦਾ ਹਾਲਾਂਕਿ ਸਾਡੇ ਕੋਈ ਸੰਗੀਤ ਵਾਲਾ ਹੈ ਨਹੀਂ ਕੋਈ ਘਰੇ ਸਾਰੇ ਖੇਤੀਬਾੜੀ ਵਾਲੇ ਸੀ ਵਿੱਚ ਡਾਕਟਰ ਮੇਰੇ ਤਾਂ ਆਇਆ ਜੀ ਕੁਛ ਮਾਸਟਰ ਨੇ ਠੀਕ ਹੈ ਤਾਂ ਮੈਨੂੰ ਕਹਿੰਦੇ ਸੀ ਗਾ ਸੋਹਣਾ ਗਾ ਪਰ ਸਿੱਖ ਕੇ ਗਾ ਕਿਉਂਕਿ ਕਿਸੇ ਵੀ ਫੀਲਡ 'ਚ ਜਾਵਾਂਗੇ ਹੁਣ ਤੁਹਾਡਾ ਇੱਕ ਫਲੋ ਹੈ ਜੀ ਤੁਸੀਂ ਹੁਣ ਸਵਾਲ ਪੁੱਛ ਰਹੇ ਹੋ ਉਸ ਤੋਂ ਪਹਿਲਾਂ ਵੀ ਮੈਂ ਤੁਹਾਡੀਆਂ ਖਬਰਾਂ ਆ ਕੇ 5-10 ਮਿੰਟ ਅਸੀਂ ਤੁਹਾਨੂੰ ਸੁਣਦੇ ਤਾਂ ਤੁਹਾਡਾ ਇੱਕ ਫਲੋ ਹੈ ਫਲੋ ਕਿਉਂ ਕਿਉਂਕਿ ਤੁਸੀਂ ਪੜ੍ਹੇ ਹੋ ਤੁਸੀਂ ਇਸ ਚੀਜ਼ ਦੇ ਵਿੱਚ ਆਪਣੀ ਤਿਆਰੀ ਕੀਤੀ ਹੈ ਸਿੱਖਿਆ ਤੁਸੀਂ ਨਾ ਤੁਹਾਡਾ ਇੱਕ ਫਲੋ ਹੈ ਨਹੀਂ ਤਾਂ ਫੰਬਲ ਮਾਰੀ ਜਾਓਗੇ ਭੁੱਲੀ ਜਾਓਗੇ ਗੱਲਾਂ ਵਿੱਚੋਂ ਫਿਰ ਉਹ ਸੁਣਨ ਵਾਲੇ ਨੂੰ ਵੀ ਉਸ ਚੀਜ਼ ਦਾ ਮਜ਼ਾ ਨਹੀਂ ਆਉਂਦਾ ਸਿੱਖ ਕੇ ਗਾਓ ਬਸ ਜਿੰਨੇ ਵੀ ਭਾਵੇਂ ਪੰਜਾਬ 'ਚ ਦੁਨੀਆਂ 'ਚ ਕਿਤੇ ਵੀ ਹੈ ਕੋਈ ਸਪੈਸ਼ਲੀ ਸਿੰਗਰ ਲਈ ਨਹੀਂ ਹੈ ਕਿਸੇ ਮਿਊਜ਼ਿਕ ਡਾਇਰੈਕਟਰ ਲਈ ਨਹੀਂ ਹੈ ਜ਼ਿੰਦਗੀ 'ਚ ਕੋਈ ਵੀ ਕੰਮ ਕਰੋ ਅਤੇ ਬਸ ਹੁਣ ਸਿੱਖੋ ਔਰ ਸਿੱਖਣ ਤੋਂ ਪਹਿਲਾਂ ਆਪਣੇ ਆਪ ਨੂੰ ਅਬਜ਼ਰਵ ਕਰੋ ਕਿ ਤੁਹਾਡੇ ਅੰਦਰ ਕਿਹੜਾ ਕਿਹੜਾ ਆਰਟ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਮੈਨੂੰ ਐਂ ਲੱਗਦਾ ਕਿ ਯਾਰ ਵੀ ਮੇਰਾ ਫੋਕਸ ਹੈ ਮੈਂ ਬਹੁਤ ਸੋਹਣੇ ਤਰੀਕੇ ਕੰਸਨਟ੍ਰੇਟ ਕਰ ਸਕਦਾ ਕਈ ਵਾਰੀ ਅਸੀਂ ਧੱਕਾ ਵੀ ਕਰਦੇ ਹਾਂ ਕਈ ਵਾਰੀ ਸਾਡੇ ਪੇਰੈਂਟਸ ਵੀ ਧੱਕਾ ਕਰਦੇ ਆ ਮੈਂ ਬਣਨਾ ਸਿੰਗਰ ਚਾਹੁੰਦਾ ਪਰ ਮੈਨੂੰ ਕਹਿੰਦਾ ਤੂੰ ਡਾਕਟਰ ਬਣ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਚੀਜ਼ਾਂ ਬਸ ਗੱਲ ਮੁੜ ਘੁੜ ਕੇ ਬਸ ਗੱਲ ਉੱਥੇ ਹੀ ਆਉਂਦੀ ਹੈ ਜੇ ਅਸੀਂ ਗੁਰੂ ਨਾਲ ਬਹਿ ਕੇ ਗੱਲਾਂ ਕਰਾਂਗੇ ਨਾ ਉਸ ਤੋਂ ਵਧੀਆ ਜਵਾਬ ਸਾਨੂੰ ਇਹ ਕੋਈ ਹੋਰ ਬੰਦਾ ਜ਼ਿੰਦਗੀ 'ਚ ਦੇ ਹੀ ਨਹੀਂ ਸਕਦਾ ਤੁਹਾਡੇ ਪੇਰੈਂਟਸ ਵੀ ਨਹੀਂ ਦੇ ਸਕਦੇ ਹੈ ਨਾ ਤੁਸੀਂ ਬੈਠ ਕੇ ਉਹਦੇ ਨਾਲ ਗੱਲ ਕਰੋਗੇ ਨਾ ਕਿ ਮਾਲਕਾ ਮੇਰਾ ਰੁਝਾਨ ਇੱਧਰਲੇ ਪਾਸੇ ਨੂੰ ਹੈ ਤਾਂ ਬਸ ਸਿੱਖੋ ਟ੍ਰੇਨਿੰਗ ਲਓ ਗ੍ਰੈਮੈਟਿਕਲੀ ਸਟਰੋਂਗ ਹੋ ਕੇ ਆਓ ਆਪਣੇ ਫੀਲਡ ਦੇ ਵਿੱਚ ਤਾਂ ਬਸ ਇਸ ਮੈਂ ਵੀ ਰੱਬ ਦਾ ਸ਼ੁਕਰ ਕਰਦਾ ਹੁੰਦਾ ਕਿ ਮੈਨੂੰ 6ਵੀਂ ਕਲਾਸ ਤੋਂ ਮਾਸਟਰ ਆਫ ਮਿਊਜ਼ਿਕ ਤੱਕ ਮਾਲਕ ਨੇ ਸਟੱਡੀ ਬਖਸ਼ੀ ਮਿਊਜ਼ਿਕ ਦੀ ਤਾਂ ਉਸ ਚੀਜ਼ ਦਾ ਹੁਣ ਬੜਾ ਸੁੱਖ ਹੈ ਹਾਲਾਂਕਿ ਫੋਕ ਗਾਉਣੇ ਆ ਜੀ ਬਿਲਕੁਲ ਪਰ ਜਦੋਂ ਤੁਸੀਂ ਕਲਾਸੀਕਲੀ ਸੈਮੀ ਕਲਾਸੀਕਲੀ ਥੋੜ੍ਹਾ ਸੋਲਿਡ ਹੋ ਕੇ ਆਉਣੇ ਹੋ ਤਾਂ ਫਿਰ ਤੁਹਾਨੂੰ ਫੋਕ ਗਾਉਣ ਦਾ ਵੀ ਇੱਕ ਆਪਣਾ ਮਜ਼ਾ ਆਉਂਦਾ ਸੋ ਸਿੱਖ ਕੇ ਕਰੋ ਸਾਰੇ ਕੰਮ ਸਿੱਖ ਕੇ ਕਰੋ ਅਤੇ ਚੰਗੀ ਗਾਇਕੀ ਨੂੰ ਜਿਹੜਾ ਅੱਗੇ ਲੈ ਕੇ ਆਓ ਚੰਗੇ ਗੀਤ ਗਾਓ ਗੀਤਕਾਰਾਂ ਦੇ ਜਿਹੜੇ ਚੰਗੇ ਗੀਤ ਲਿਖੇ ਹੋਏ ਨੇ ਜੋ ਸੇਧ ਦੇ ਸਕਣ ਸਾਡੀ ਜਵਾਨੀ ਨੂੰ ਜਿਹਨਾਂ ਨੂੰ ਲੋੜ ਹੈਗੀ ਆ ਅੱਜ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਕਹਿੰਦੇ ਕਿ ਸਿਰਫ ਗਾਇਕੀ ਜਿਹੜੀ ਹੈ ਉਹਨੂੰ ਇੰਟਰਟੇਨਮੈਂਟ ਤੱਕ ਲਿਆ ਜਾਵੇ ਉਹਨੂੰ ਆਪਣੇ ਜੇ ਕਹੀਏ ਕਿ ਆਮ ਜ਼ਿੰਦਗੀ ਦੇ ਵਿੱਚ ਉਹਨੂੰ ਨਾ ਉਕਾਰਿਆ ਜਾਵੇ ਤੁਸੀਂ ਇਹਦੇ ਬਾਰੇ ਸੰਖੇਪ ਦੇ ਵਿੱਚ ਕੀ ਕਹੋਗੇ ਹਾਂ ਮੇਰੇ ਪਹਿਲਾਂ ਜਵਾਬ ਹੁੰਦੇ ਸੀ ਇੱਕ ਕਿ ਜੇ ਪੱਗ ਬੰਨੀ ਆ ਭਾਈ ਤਾਂ ਪੱਗ ਦਾ ਖਿਆਲ ਰੱਖੋ ਮੈਂ ਕਹਿੰਦਾ ਜੇ ਨਹੀਂ ਵੀ ਬੰਨੀ ਨਾ ਤਾਂ ਫਿਰ ਵੀ ਤੁਹਾਡੇ ਸਿਰ ਦੇ ਉੱਪਰ ਕੋਈ ਪਰਦਾ ਹੈਗਾ ਤੁਸੀਂ ਦੇਖਣ ਦੀ ਆਦਤ ਪਾਓ ਜੀ ਜੀ ਹਾਂ ਤਾਂ ਪਹਿਲਾਂ ਹੁੰਦਾ ਸੀ ਕਿ ਭਾਈ ਆਪਾਂ ਪੰਜਾਬ ਵਾਲੇ ਆ ਪੱਗ ਬੰਨੀ ਇਹਦੀ ਲਾਜ ਰੱਖੋ ਮੈਂ ਕਹਿੰਦਾ ਜੇ ਨਹੀਂ ਵੀ ਬੰਨੀ ਨਾ ਫਿਰ ਵੀ ਤੁਹਾਡੇ ਉੱਪਰ ਇੱਕ ਪਰਦਾ ਹੈਗਾ ਸ਼ਰਮ ਹਜ਼ਾਰ ਉਹ ਨਾ ਚੱਕਿਓ ਸਾਡੇ ਜੇ ਗਾਉਣ ਵਾਲੇ ਕੋਈ ਮੋਨੇ ਵੀ ਭਰਾ ਹੈਗੇ ਆ ਤੇ ਕੋਈ ਸਾਡੀਆਂ ਭੈਣਾਂ ਕੁੜੀਆਂ ਜਿਹੜੀਆਂ ਚੁੰਨੀ ਨਹੀਂ ਵੀ ਲੈਂਦੀਆਂ ਗਾਉਣ ਵਾਲੇ ਸਿਰ ਤੇ ਜਾਂ ਜਿਹੜੀਆਂ ਚੁੰਨੀ ਲੈਂਦੀਆਂ ਭੈਣਾਂ ਜਾਂ ਜਿਹੜੇ ਦਸਤਾਰਾਂ ਬੰਨ ਕੇ ਗਾਉਂਦੇ ਆ ਤਾਂ ਸਾਰਿਆਂ ਦਾ ਫਰਜ਼ ਇਹੀ ਹੈ ਕਿ ਭਾਈ ਸਾਡੇ ਤੇ ਜ਼ਿੰਮੇਵਾਰੀ ਹੈ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਕਿ ਆਪਾਂ ਗਾਉਣ ਵਾਲੇ ਹੋਗੇ ਤੁਸੀਂ ਹੋਗੇ ਚੈਨਲ ਵਾਲੇ ਕਿਉਂਕਿ ਤੁਹਾਨੂੰ ਵੀ ਲੋਕ ਸੁਣਦੇ ਆ ਜੀ ਬਿਲਕੁਲ ਸਾਡੇ ਪੋਲੀਟੀਸ਼ੀਅਨ ਹੋ ਗਏ ਸਾਡੇ ਫਿਲਮ ਮੇਕਰ ਹੋ ਗਏ ਸਾਡੇ ਗੁਰੂ ਘਰਾਂ 'ਚ ਬੈਠੇ ਸੇਵਾਦਾਰ ਹੋ ਗਏ ਆਪਾਂ ਪੰਜ ਘਰ ਇਹੋ ਜਿਹੇ ਹੈ ਕਿ ਜੇ ਸਵਾਰਨ ਤੇ ਆਈਏ ਤਾਂ ਸ਼ਬਦ ਦੇ ਜ਼ਰੀਏ ਆਪਣੇ ਸੁਨੇਹਾਂ ਦੇ ਜ਼ਰੀਏ ਬਹੁਤ ਕੁਛ ਸਵਾਰ ਸਕਦੇ ਹਾਂ ਆਪਾਂ ਸਮਾਜ ਦਾ ਔਰ ਜੇ ਵਿਗਾੜਨ ਤੇ ਆ ਜਾਈਏ ਤਾਂ ਇੱਕ ਮਿੰਟ ਲੱਗੂਗਾ ਤੇ ਮੈਨੂੰ ਲੱਗਦਾ ਕਿ ਪੰਜਾਬ 'ਚ ਪਿਛਲੇ ਕਈ ਸਾਲਾਂ 'ਚ ਏਦਾਂ ਹੀ ਵਾਪਰਿਆ ਕਿ ਅਸੀਂ 4-5 ਘਰ ਬੇਈਮਾਨ ਹੋ ਗਏ ਆਪਦੇ ਆਪਦੇ ਸਵਾਰਥਾਂ ਖਾਤਰ ਆਪਦੀਆਂ ਰੋਟੀਆਂ ਸੇਕਣ ਖਾਤਰ ਅਸੀਂ ਪੰਜਾਬ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਗਏ ਸੋ ਇਸ ਕਰਕੇ ਸਾਰੇ ਗਵਈਆਂ ਨੂੰ ਮੇਰੀ ਤਾਂ ਇਹ ਹੱਥ ਜੋੜ ਕੇ ਬੇਨਤੀ ਹੈ ਸਾਰੇ ਭੈਣ ਭਰਾ ਹੀ ਨੇ ਬਿਲਕੁਲ ਕਿਸੇ ਨੂੰ ਕੋਈ ਕਿਸੇ ਦਾ ਵਿਰੋਧ ਨਹੀਂ ਹੈ ਕਿਸੇ ਨੂੰ ਕੋਈ ਮਾੜਾ ਬੋਲਣਾ ਬਸ ਜ਼ਿੰਮੇਵਾਰੀਆਂ ਸਮਝੀਏ ਪੈਸਾ ਹੈ ਤਾਂ ਅਸੀਂ ਉਦਾਹਰਨਾਂ ਸਾਡੇ ਸਾਹਮਣੇ ਪਈਆਂ ਮੈਂ ਬਥੇਰਾ ਕਮਾ ਰਿਹਾ ਮੈਨੂੰ ਆਵਾਮ ਨੇ ਕੋਈ ਕਸਰ ਹੀ ਨਹੀਂ ਛੱਡੀ ਪੈਸੇ ਪੱਖੋਂ ਇੰਨਾ ਪੈਸਾ ਇੰਨਾ ਮਾਣ ਇੱਜ਼ਤ ਸਤਿਕਾਰ ਦਿੱਤਾ ਹੈ ਮਾਨ ਸਾਹਿਬ ਨੇ ਜੇ ਮੈਂ ਇੱਕ ਮੋਟੀ ਜਿਹੀ ਉਦਾਹਰਨ ਲਈਏ ਤਾਂ ਮਾਨ ਸਾਹਿਬ ਤੋਂ ਵੱਧ ਮੈਨੂੰ ਲੱਗਦਾ ਕਿਸੇ ਨੇ ਵੀ ਨਹੀਂ ਕਮਾਇਆ ਪਰ ਉਹਨਾਂ ਦੇ ਇੱਕ ਵੀ ਗੀਤ ਮੇਰੇ ਜ਼ਹਿਨ 'ਚ ਨਹੀਂ ਹੈ ਜਿਹਦੇ 'ਤੇ ਮੈਂ ਸਵਾਲ ਕਰਦਿਆਂ ਉਹਨਾਂ ਦੇ ਪਹਿਰਾਵੇ 'ਤੇ ਉਹਨਾਂ ਦੀ ਜ਼ਿੰਦਗੀ 'ਚ ਵਿਚਰਨ 'ਤੇ ਤਾਂ ਸੋਹਣੇ ਗੀਤ ਗਾਓ ਸੋਹਣੇ ਗੀਤ ਗਾ ਗਾ ਕੇ ਆਪਦਾ ਆਪਦੀ ਕਿਰਤ ਵੀ ਕਰੋ ਕਰਮ ਤੇ ਧਰਮ ਦੇ ਦੋਨੇ ਪਈਏ ਮੈਂ ਤਾਂ ਇਹ ਕਹਿੰਦਾ ਕਿ ਬਰਾਬਰ ਚਲਾਓ ਬਸ ਬਿਲਕੁਲ ਬਿਲਕੁਲ ਜੀ 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 ਅੱਜ ਮੈਂ ਇੱਕ ਤਿਆਰੀ ਕਰਕੇ ਆਇਆ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਭਾਅ ਜੀ ਕਿ ਪੰਜਾਬੀ ਮਾਂ ਬੋਲੀ ਬਾਰੇ ਇਹ ਥੋੜ੍ਹੇ ਜਿਹੇ ਜਿਹੜੀਆਂ ਗੱਲਾਂ ਬਾਤਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਇੱਥੇ ਸਾਡੇ ਜਿਹੜੇ ਬੱਚੇ ਜੰਮੇ ਹੋਏ ਨੇ ਉਹਨਾਂ ਦੇ ਉੱਤੇ ਕੋਈ ਅਸਰ ਕਰ ਜਾਵੇ ਕੋਈ ਇਹੋ ਜਿਹੀ ਗੱਲ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਉਹ ਕੋਈ ਵੀ ਉਹਦੇ ਵਿੱਚ ਕੋਈ ਕਮੀ ਨਹੀਂ ਰਹੀ ਕਿ ਮੇਰਾ ਉਹ ਚੈਪਟਰ ਜਿਹੜਾ ਰਹਿ ਗਿਆ ਸੋ ਉਸ ਤੋਂ ਕਿਤੇ ਵੱਧ ਜਿਹੜਾ ਸਾਨੂੰ ਜਿਹੜਾ ਸਿੱਖਣ ਨੂੰ ਮਿਲਿਆ ਸਾਡੇ ਦਰਸ਼ਕਾਂ ਨੂੰ ਮੈਨੂੰ ਖੁਦ ਨੂੰ ਅਤੇ ਅਖੀਰ ਦੇ ਵਿੱਚ ਮੈਂ ਵੈਸੇ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਮੈਸੇਜ ਵਾਲੀਆਂ ਪਰ ਇੱਕ ਛੋਟਾ ਜਿਹਾ ਮੈਸੇਜ ਸੰਖੇਪ ਦੇ ਵਿੱਚ ਉਸ ਤੋਂ ਬਾਅਦ ਬੋਬੀ ਭਾਅ ਜੀ ਤੁਸੀਂ ਪ੍ਰੋਗਰਾਮਸ ਜਿਹੜੇ ਸ਼ੋਅਸ ਹੋਣੇ ਨੇ ਭਾਅ ਜੀ ਦੇ ਉਹਦੀ ਤੁਸੀਂ ਜਾਣਕਾਰੀ ਦੇ ਦਿਓ ਜੀ ਤੁਸੀਂ ਜਾਣਕਾਰੀ ਦੇ ਦਿਓ ਓਕੇ ਸੋ ਤੁਸੀਂ ਜ਼ਰੂਰ ਮੈਂ ਸੰਗਤਾਂ ਨੂੰ ਕਹਿੰਦਾ ਹਮ 70% ਸਾਰੇ
6 ਵਜੇ 6:30 ਵਜੇ ਸ਼ੁਰੂ ਹੋਣਾ ਐਂਡ ਉਹ ਤੋਂ ਬਾਅਦ ਫਿਰ ਸੰਡੇ ਵਾਲੇ ਦਿਨ ਇੱਥੇ ਅਰੀਨਾ ਬਰਮਿੰਘਮ ਦੇ ਵਿੱਚ ਸ਼ੋਅ ਆ ਉਹ ਵੀ 6:30 ਵਜੇ ਸ਼ੁਰੂ ਹੋਣਾ ਸਾਰੇ ਸ਼ੋਅਜ਼ ਦੇ ਵਿੱਚ 2 ਰਹਿ ਗਏ 2 ਰੈਡੀ ਹੋ ਗਏ ਸੋ ਇਹਨਾਂ 2 ਸ਼ੋਅਜ਼ ਦੇ ਵਿੱਚ ਪਲੀਜ਼ ਸ਼ਾਮਿਲ ਹੋਵੋ ਨਾਲੇ ਆਪਣੇ ਟਿਕਟ ਐਡਵਾਂਸ ਦੇ ਵਿੱਚ ਖਰੀਦੋ ਨਾਲੇ ਸਾਡੇ ਵੀਰ ਦੀ ਪੂਰੀ ਸਪੋਰਟ ਕਰੋ ਜਿੰਨੀ ਤੁਸੀਂ ਕਰ ਸਕਦੇ ਆ ਐਂਡ ਆਈ ਪ੍ਰੋਮਿਸ ਯੂ ਜੇ ਤੁਸੀਂ ਸ਼ੋਅ ਦੇ ਵਿੱਚ ਕੁਛ ਲੈ ਕੇ ਨਹੀਂ ਗਏ ਫਿਰ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮੈਂ ਤੁਹਾਨੂੰ ਆਪ ਦੁੱਗਣਾ ਰੀਫੰਡ ਦੇਵਾਂਗਾ ਜੇ ਤੁਸੀਂ ਸ਼ੋਅ ਦੇ ਵਿੱਚੋਂ ਕੁਛ ਲੈ ਕੇ ਨਹੀਂ ਗਏ ਡਬੋ ਬਿਲਕੁਲ ਜੇ ਕਹਿ ਦਿੱਤਾ ਹੁਣ ਕਰਨਾ ਪੈਣਾ ਜਾਂ ਨਹੀਂ ਇੰਨਾ ਆਪਾਂ ਮੰਨਦੇ ਆ ਯੂ ਨੋ ਸਾਡੀ ਜ਼ਿੰਦਗੀ ਵੀ ਚੇਂਜ ਹੋ ਗਈ ਸੀਗੀ ਇੱਕ ਵਾਰੀ ਕਿਸੇ ਦੇ ਕਹਿਣ ਦੇ ਉੱਤੇ ਯੂ ਨੋ ਇੱਕ ਗੱਲ ਹੁੰਦੀ ਆ ਕਿਸੇ ਨੇ ਕੁਛ ਕਹਿ ਲਿਆ ਤੁਸੀਂ ਸੁਣਿਆ ਨੀ ਇੱਕ ਗੱਲ ਹੁੰਦੀ ਆ ਕਿਸੇ ਨੇ ਕਹਿ ਦਿੱਤਾ ਫਿਰ ਤੁਸੀਂ ਇੱਕ ਗੱਲ ਤੇ ਪਹਿਰਾ ਦੇ ਦਿੱਤਾ ਠੀਕ ਹੈ ਸੋ ਇਸ ਚੀਜ਼ ਦੇ ਵਿੱਚ ਮੈਂ ਜ਼ਰੂਰ ਮੰਨਦਾ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਦੇ ਵਿੱਚ ਤੁਹਾਡੀ ਜ਼ਿੰਦਗੀ ਚੇਂਜ ਹੋ ਸਕਦੀ ਆ ਥੈਂਕ ਯੂ ਜੇ ਤੁਸੀਂ ਸੁਣਨ ਵਾਲੇ ਆ ਥੈਂਕ ਯੂ ਜੀ ਥੈਂਕ ਯੂ ਬੋਬੀ ਭਾਜੀ ਕਿਉਂਕਿ ਸਮਾਂ ਜਿਹੜਾ ਬਿਲਕੁਲ ਸਮਾਪਤੀ ਵਾਲਾ ਜੀ ਭਾਜੀ ਕੀ ਕਹੋਗੇ ਅਖੀਰ ਦੇ ਵਿੱਚ ਮੈਂ ਬੋਬੀ ਭਾਜੀ ਦੀ ਗੱਲ ਦੇ ਵਿੱਚ ਇੱਕ ਸੀ ਕਿ ਇਸ ਵਾਰੀ ਨਾ ਇੱਥੋਂ ਦੇ ਗੋਰੇ ਮਿਊਜ਼ੀਸ਼ੀਅਨ ਵੀ ਹੈ ਬਿਲਕੁਲ ਮੈਂ ਦੇਖਿਆ ਤੁਹਾਡਾ ਰਿਆਜ਼ ਕਰਦੇ ਜੀ ਕਰ ਰਹੇ ਆ ਪੰਜਾਬੋਂ ਸਾਰੇ ਮਿਊਜ਼ੀਸ਼ੀਅਨ ਬਾਬਾ ਤੂੰਬੇ ਵਾਲਾ ਸਾਰੇ ਨਾਲ ਆਏ ਠੀਕ ਹੈ ਤੇ ਪਰ ਇੱਥੋਂ ਵੀ ਕੁਛ ਇਸ ਵਾਰੀ ਕੁਛ ਉਹ ਸੈਗਮੈਂਟ 30-40 ਮਿੰਟ ਦਾ ਉਹ ਵੀ ਉੱਥੋਂ ਦੇ ਯੰਗਸਟਰ ਦੇ ਲਈ ਨਵਾਂ ਹੋਊਗਾ ਬਾਕੀ ਬਸ ਇਹ ਕਿ ਮਾਲਕ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਖੁਸ਼ ਰਹਿਣ ਸਾਰੇ ਔਰ ਜਿੰਦਾ ਦਿਲ 'ਚ ਰਹਿਣ ਜ਼ਿੰਦਗੀ ਆ ਜ਼ਿੰਦਾਬਾਦ ਹੈ ਕਦੇ ਵੀ ਢਾਂਦੀ ਕਲਾ 'ਚ ਨਾ ਰਹੋ ਚੜ੍ਹਦੀ ਕਲਾ 'ਚ ਰਹੋ ਮਿਹਨਤਾਂ ਕਰੋ ਮਿਹਨਤ ਕਰਨਾ ਸਾਡਾ ਫਰਜ਼ ਹੈ ਠੀਕ ਹੈ ਬਸ ਆਸ ਕੱਲੇ ਉਹਦੇ ਤੇ ਰੱਖੋ ਬਸ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਜੀ ਸਾਡੇ ਵਾਸਤੇ ਸਾਡੇ ਦਰਸ਼ਕਾਂ ਨੂੰ ਵੀ ਇਹ ਜਿਹੜਾ ਤੁਹਾਡੇ ਨਾਲ ਮੁਲਾਕਾਤ ਕਰਕੇ ਬਹੁਤ ਮਜ਼ਾ ਆਇਆ ਹੋਏਗਾ ਮੈਨੂੰ ਖੁਦ ਨੂੰ ਮਜ਼ਾ ਆਇਆ ਜੀ ਅਤੇ ਬਹੁਤ ਤੁਹਾਡਾ ਧੰਨਵਾਦ ਅਤੇ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂ ਜਿਹੜੇ ਸ਼ੋਅਜ਼ ਹੋਣ ਜਾ ਰਹੇ ਆ ਭਾਅ ਜੀ ਦੇ ਲੰਡਨ ਅਤੇ ਬਰਮਿੰਘਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਾਣਕਾਰੀ ਉਹਦੀ ਲੈ ਸਕਦੇ ਹੋ ਜੇਕਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਕਾਲ ਕਰ ਸਕਦੇ ਹੋ ਜੋ ਨੰਬਰ ਆ ਰਿਹਾ ਉਹਦੇ ਉੱਤੇ ਤੁਹਾਨੂੰ ਜਾਣਕਾਰੀ ਜਿਹੜੀ ਦੇ ਦਿੱਤੀ ਜਾਏਗੀ ਵੱਧ ਤੋਂ ਵੱਧ ਤੁਸੀਂ ਉੱਥੇ ਹਾਜ਼ਰੀਆਂ ਲਵਾਉਣੀਆਂ ਪਹੁੰਚ ਕੇ ਜਿਵੇਂ ਬੋਬੀ ਭਾਅ ਜੀ ਨੇ ਕਿਹਾ ਕਿ ਜੇਕਰ ਤੁਸੀਂ ਨਾ ਉੱਥੋਂ ਕੁਝ ਕੱਟ ਕੇ ਆਏ ਤਾਂ ਮੇਰੇ ਕੋਲੋਂ ਤੁਸੀਂ ਟਿਕਟਾਂ ਦੇ ਪੈਸੇ ਜਿਹੜੇ ਵਾਪਸ ਲੈ ਲਿਓ ਐਸੀਆਂ ਸੂਹਾਂ ਚੁੱਕਣ ਵਾਲੇ ਜਿਹੜੇ ਆ ਕਿਸੇ ਦੀ ਗਾਇਕੀ ਦੇ ਉਹ ਬਹੁਤ ਘੱਟ ਹੁੰਦੇ ਨੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇੱਥੇ ਆਪਾਂ ਸਾਰੇ ਜਿਹੜੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ